ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਫਾਇਰ ਲਾਈਨ ਦੇ ਵਿੱਚ ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਜੋ ਕੁਛ ਆਲੇ ਦੁਆਲੇ ਦੇ ਵਿੱਚ ਸਾਡੇ ਚੱਲ ਰਿਹਾ, ਇੱਕ ਇਹੋ ਜਿਹੀ ਸਥਿਤੀ ਬਣੀ ਹੋਈ ਹੈ ਜਿਹਨੂੰ ਕਿਹਾ ਜਾ ਸਕਦਾ ਵਿਸਫੋਟਕ ਜਿਹੜੀ ਸਥਿਤੀ ਬਣੀ ਹੋਈ ਹੈ। ਦੋ ਧਿਰਾਂ ਜਿਹੜੀਆਂ ਜੀ ਉਹ ਆਹਮੋ ਸਾਹਮਣੇ ਨੇ। ਇੱਕ ਧਿਰ ਜਿਹੜੀ ਹੈ ਜੀ ਉਹ ਚਾਹੁੰਦੀ ਹੈ ਕਿ ਇਹ ਸਾਰਾ ਕੁਛ ਹੋਵੇ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਸ ਤੋਂ ਬਾਅਦ ਵਾਪਰੀਆਂ ਜਿੰਨੀਆਂ ਵੀ ਘਟਨਾਵਾਂ ਸੀ ਉਹ ਨੌਜਵਾਨਾਂ ਦੇ ਉੱਤੇ ਤਸ਼ੱਦਦ, ਉਹਨਾਂ ਨੂੰ ਇਹ ਕਹਿ ਦੇਣਾ ਕਿ ਇਹ ਇਨਵੋਲਵ ਨੇ, ਫਿਰ ਛੱਡ ਦੇਣਾ, ਫਿਰ ਬਹਿਬਲ ਕਲਾਂ ਕੋਟਕਪੂਰਾ ਦੇ ਵਿੱਚ ਜਿਹੜੀ ਗੋਲੀ ਚੱਲਣੀ ਉਹਦੇ ਵਿੱਚ ਡੈਥ ਹੋ ਜਾਣੀਆਂ, ਸਾਰਾ ਕੁਛ ਜੋ ਵੀ ਚੱਲ ਰਿਹਾ ਸੀ ਜਿਹੜੇ ਉਸ ਟਾਈਮ ਨੇੜੇ ਤੇੜੇ ਦੇ ਵੀ ਨਾਂ ਲੰਘੇ ਉਹ ਇਹ ਸੋਚਦੇ ਨੇ ਕਿ ਅੱਜ ਉੱਥੇ ਜਿਹੜਾ ਜੀ ਜਿੱਦ ਕਰਕੇ ਜਿਹੜਾ ਉਹ ਜਾਣਾ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਕਿਸੇ ਤਰੀਕੇ ਨਾਲ ਖਰਾਬ ਕੀਤਾ ਜਾ ਸਕੇ। ਲਾਂਭੂ ਲਾਉਣ ਦੀਆਂ ਕਈ ਪਾਸੇ ਤੋਂ ਜਿਹੜੀਆਂ ਉਹ ਕੋਸ਼ਿਸ਼ਾਂ ਜਾਰੀ ਰਹੀਆਂ ਨੇ ਔਰ ਅੱਜ ਵੀ ਲੱਗਦਾ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈ ਨੇ। ਅੱਜ ਦੇ ਫਾਇਰ ਲਾਈਨ ਦੇ ਵਿੱਚ ਸਾਡੇ ਨਾਲ ਜਿਹੜੇ ਸ਼ਖਸੀਅਤ ਮੌਜੂਦ ਹੈ ਉਹਨਾਂ ਨੂੰ ਸਿੱਖ ਮਸਲਿਆਂ ਦੇ ਉੱਤੇ ਠਰੰਮੇ ਦੇ ਨਾਲ ਜਿਹੜਾ ਜਵਾਬ ਦੇਣ ਵਾਲੀ ਸ਼ਖਸੀਅਤ ਦੇ ਵਜੋਂ ਜਾਣਿਆ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਮੁਸੀਬਤ ਦੇ ਵਿੱਚ ਜਿਹੜਾ ਸੀ ਉਹ ਫਸਾ ਲਿਆ ਗਿਆ, ਇੱਕ ਜਿਹੜਾ ਸੀ ਉਹ ਭਾਸ਼ਣ ਨੂੰ ਜਿਹੜਾ ਸੀ ਉਹ ਆਧਾਰ ਬਣਾ ਕੇ ਉਹਨਾਂ ਦੇ ਉੱਤੇ ਪਰਚਾ ਦਰਜ ਹੋ ਗਿਆ, ਉਹ ਹੁਣ ਜ਼ਮਾਨਤ ਦੇ ਉੱਤੇ ਰਿਹਾਅ ਹੋ ਕੇ ਆਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸੈਕਟਰੀ ਨੇ, ਮੌਜੂਦਾ ਉਹ ਮੈਂਬਰ ਵੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਇਹਨਾਂ ਦਿਨਾਂ ਦੇ ਵਿੱਚ ਇਹੋ ਜਿਹੜੇ ਲੋਕ ਨੇ ਉਹਨਾਂ ਦੀ ਮੇਰਾ ਖਿਆਲ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਉਹ ਅਸਲੀਅਤ ਜਿਹੜੀ ਹੈ ਜੀ ਉਹ ਦੱਸ ਸਕਣ। ਸੁਖਦੇਵ ਸਿੰਘ ਪੌਲ ਜੀ, ਪੌਲ ਸਾਹਿਬ ਜੀ ਆਇਆਂ ਨੂੰ ਧੰਨਵਾਦ, ਬਹੁਤ ਮਿਹਰਬਾਨੀ। ਤੁਸੀਂ ਹਾਲਾਂਕਿ ਹੁਣੇ ਜਿਹੜਾ ਜੀ ਇਸ ਮੁਸੀਬਤ ਦੇ ਵਿੱਚੋਂ ਨਿਕਲ ਕੇ ਆਏ ਹੋ, ਪੌਲ ਸਾਹਿਬ ਇਹ ਕੀ ਇੱਕਦਮ ਜਿਹੜੀ ਸੀ ਕਹਾਣੀ ਬਣ ਗਈ, ਕੁਛ ਐਕਸਪਲੇਨੇਸ਼ਨ ਤੁਹਾਡੇ ਤੋਂ ਜਿਹੜੀ ਜੀ ਉਹ ਚਾਹੀਦੀ ਹੈ ਕਿ ਕਿਵੇਂ ਇੱਕਦਮ ਤੁਸੀਂ ਜਾਂਦੇ ਹੋ ਉੱਥੇ ਪਰਚਾ ਵੀ ਦਰਜ ਹੋ ਜਾਂਦਾ, 10-12 ਮਿੰਟਾਂ ਦੇ ਵਿੱਚ ਉਹ ਅਰੈਸਟ ਵੀ ਹੋ ਜਾਂਦੀ ਹੈ। ਦੇਖੋ ਇਹ ਮੈਂ 3 ਤਰੀਕ ਨੂੰ ਬਰਗਾੜੀ ਗਿਆ, ਪਹਿਲਾਂ ਵੀ ਮੈਂ ਉਸ ਜਥੇ ਦੇ ਵਿੱਚ, ਕਿਉਂਕਿ ਮੇਰਾ ਕੰਸਰਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਿੱਥੇ ਅਪਮਾਨ ਹੁੰਦਾ ਮੈਨੂੰ ਸਿੱਖ ਹੋਣ ਦੇ ਨਾਤੇ ਉਹਦਾ ਬੇਹੱਦ ਦੁੱਖ ਹੈ, ਔਰ ਇਸੇ ਕਾਰਨ ਮੈਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ 15 'ਚ, ਜਦੋਂ ਅਕਤੂਬਰ 'ਚ ਬੇਅਦਬੀ ਹੋਈ ਮੈਂ ਉਹ ਇਹ ਰੀਸੈਂਟਲੀ ਉਸੇ ਸਮੇਂ ਆਪਣਾ ਅਸਤੀਫਾ ਅਕਾਲੀ ਦਲ ਦੇ ਸਾਰੇ ਮੁੱਢਲੇ ਮੈਂਬਰਸ਼ਿਪ ਤੋਂ ਔਰ PAC ਦਾ ਮੈਂ ਮੈਂਬਰ ਸੀ ਦੇ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਮੈਂ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਨਾਲ ਬੈਠਾ ਸੀ, 22 ਨੇਮ ਆਰਡਰ ਸੀ ਸਾਡਾ 15 ਬੰਦਿਆਂ ਦਾ, ਉਹ ਕੰਮਕਾਰ ਮੈਂ ਕਰ ਰਿਹਾ ਸੀ, ਕੰਮਕਾਰ ਵੀ ਉਹ ਮੈਂ ਉਸ ਸਮੇਂ 'ਤੇ ਜਿਹੜਾ ਕੀਤਾ ਉਹ ਐਜ਼ ਵਾਚ ਡੋਗ ਆਫ ਪੰਥ ਕੀਤਾ, ਬਈ ਪੰਥਕ ਤੌਰ 'ਤੇ ਜੋ ਕੁਛ ਮੈਂ ਕਰ ਸਕਦਾ ਉਹਦੇ ਲਈ ਮੈਨੂੰ ਉਹਨਾਂ ਦਾ ਧਿਆਨ ਰੱਖਣ ਦੇ ਲਈ ਮੈਂ ਉੱਥੇ ਡਟਿਆ ਰਿਹਾ। ਇਹ ਬਰਗਾੜੀ ਜਦੋਂ ਮੈਂ ਗਿਆ ਅਤੇ ਵੱਡਾ ਸਾਰਾ ਕੁਛ ਇਹ ਖਲਾਰਾ ਇੱਦਾਂ ਦਾ ਪੈ ਗਿਆ ਸੀ, ਦੇਖੋ 3 ਕਮਿਸ਼ਨ ਉਸ ਸਾਰੇ ਕਾਂਡ ਨੂੰ ਜਾਂਚਣ ਅਤੇ ਪਰਖਣ ਲਈ, ਦੋਸ਼ੀ ਲੱਭਣ ਲਈ ਬਣੇ। ਇੱਕ ਜਿਹੜਾ ਸੀ ਉਹ ਆਪਣੇ ਜਸਟਿਸ ਕਾਟਜੂ ਕਮਿਸ਼ਨ ਸੀ, ਜਿਹੜਾ ਕਮਿਸ਼ਨ ਪੰਥਕ ਧਿਰਾਂ ਨੇ ਬਣਾਇਆ ਸੀ, ਪੰਥਕ ਧਿਰਾਂ ਨੇ, ਪੀਪਲ ਕਮਿਸ਼ਨ ਸੀ ਉਹ, ਪੀਪਲ ਕਮਿਸ਼ਨ ਜਿਹੜਾ ਸੀ ਉਹ ਇਸ ਕਰਕੇ ਬਣਾਇਆ ਸੀ ਵੀ ਸੱਚ ਨੂੰ ਲੱਭ ਲਿਆ ਜਾਵੇ। ਉਹਨਾਂ ਨੇ ਬਹੁਤ ਸਾਰੀਆਂ ਫਾਈਂਡਿੰਗਸ ਕੱਢ ਕੇ ਦਿੱਤੀਆਂ, ਪਰ ਉਹ ਫਾਈਂਡਿੰਗਸ ਜਿਹੜੀਆਂ ਸੀ ਉਹ ਉਸ ਵੇਲੇ ਦੀ ਸਰਕਾਰ ਨੇ ਮੰਨੀਆਂ ਨਹੀਂ, ਉਹ ਨਾ ਮੰਨਣ ਕਰਕੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਇਹਨਾਂ ਨੇ ਉਸ ਵੇਲੇ ਵੀ, ਉਸ ਵੇਲੇ ਜਿਹੜੀ ਬਾਦਲ ਸਰਕਾਰ ਸੀ, ਇਹਨਾਂ ਨੇ ਕਿਹਾ ਵੀ ਨਹੀਂ ਜੀ ਅਸੀਂ ਇਹਨੂੰ ਕਾਟਜੂ ਕਮਿਸ਼ਨ ਨੂੰ ਨਹੀਂ ਮੰਨਦੇ, ਇਹ ਪੀਪਲ ਕਮਿਸ਼ਨ ਹੈ, ਇਹਦੀਆਂ ਕੋਈ ਗੱਲ ਨਹੀਂ। ਫਿਰ ਇੱਕ ਲੀਗਲ ਕਮਿਸ਼ਨ ਬਣਿਆ, ਉਹਨੂੰ ਲੀਗਲ ਪਾਵਰ ਮਿਲੀ, ਬਣਾਇਆ ਵੀ ਬਾਦਲ ਸਰਕਾਰ ਨੇ, ਜਸਟਿਸ ਜੋਰਾ ਸਿੰਘ। ਉਹਦੀ ਬਦਕਿਸਮਤੀ ਇਹ ਰਹੀ ਵੀ 4 ਮਹੀਨੇ ਤਾਂ ਉਹਨੂੰ ਪਹਿਲਾਂ ਦਫ਼ਤਰੇ ਨਹੀਂ ਦਿੱਤਾ, ਜਿਹੜਾ ਇਹ ਸਾਬਤ ਕਰਦਾ ਸੀ ਵੀ ਪੰਥ ਦੇ ਮਖੌਟੇ ਪਾ ਕੇ ਪੰਥ ਦੇ ਨਾਂ 'ਤੇ ਰਾਜ ਕਰਨ ਵਾਲੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪ੍ਰਤੀ ਕਿੰਨੇ ਕੁ ਸਿੰਸੀਅਰ। ਪਹਿਲਾਂ ਤਾਂ ਉਹਨੂੰ ਦਫ਼ਤਰ 'ਤੇ ਸਟਾਫ ਨਹੀਂ ਮਿਲਿਆ, ਚਲੋ ਉਸ ਵਿਚਾਰੇ ਨੇ ਜਿੰਨੀ ਉਹਨੂੰ ਇਨਫਰਾਸਟ੍ਰਕਚਰ ਮਿਲਿਆ ਉਹਦੇ ਹਿਸਾਬ ਨਾਲ ਜਾਂਚ ਪੜਤਾਲ ਕਰਕੇ ਉਹ ਸੈਕਟਰੀਏਟ ਪਹੁੰਚ ਗਿਆ ਰਿਪੋਰਟ ਲੈਣ, ਨਾ ਮੁੱਖ ਮੰਤਰੀ ਪਹੁੰਚੇ, ਨਾ ਉਪ ਮੁੱਖ ਮੰਤਰੀ ਪਹੁੰਚੇ, ਨਾ ਕੋਈ ਹੋਮ ਸੈਕਟਰੀ ਪਹੁੰਚਿਆ, ਅਖੀਰ ਉਹ ਵਿਚਾਰਾ ਇੱਕ ਕਲਰਕ ਨੂੰ ਰਿਪੋਰਟ ਫੜਾ ਕੇ ਬਾਹਰ ਆ ਗਿਆ। ਲੋਕਾਂ ਦੇ ਹਿਰਦੇ ਦੁਖੀ ਸੀ ਵੀ ਤੁਸੀਂ ਆਪਣੀ ਮੁੱਛ ਦਾ ਬਾਲ ਬਣਾਇਆ ਅਤੇ ਉਹਦੀ ਵੀ ਤੁਸੀਂ ਰਿਪੋਰਟ ਲੈਣ ਲਈ ਤਿਆਰ ਨਹੀਂ।
उन्हें बहुत सारे फैक्ट्स जोड़े नहीं लभ सकया सी। फिर आ मौजूदा सरकार आ गई कैप्टन अमरिंदर सिंह होर की, इन्होंने जस्टिस रणजीत सिंह का कमीशन बना दिता क्योंकि इन्होंने उस कमीशन की रिपोर्ट को अधूरी मन के बनाया। हर कमीशन जिहड़ी जिहड़ा बनता सरकार वालों उन्हें लीगल राइट्स होंदे आ, उन्हें स्टाफ मिलता है, उसका सारा प्रबंध होंदा। जस्टिस रणजीत सिंह कमीशन ने काफ़ी मेहनत की, थोड़े समय के बीच उन्हें बहुत सारिया एविडेंसिस लभ लिया जिहदे नाल उस समय की सरकार सारी घिर गई। और जिहड़ा जोरा सिंह कमीशन नू पुलिस कह रही थी ना भी जो सीसीटीवी फुटेज मंगता सी, कहिंदे जी एक ट्रक वजा खंभे ते कैमरे टुट गए सानू प्राप्त नहीं हो रहे, वो हासिल कर ली उन्होंने। जस्टिस रणजीत सिंह ने वह फुटेज भी हासिल कर ली। उस समय गोली चलाउण दे लई किहड़े किहड़े बंदे जिम्मेवार सी उहदे च देखे जा सकदे सी, ते इन्हां नू क्योंकि पता सी सारी गल दा, हकूमत नू सारा कुछ पता हुंदा। बादल साहब तो कहिंदे रहे मैनू तां कीड़ी तुरी जांदी भी नज़र आउंदी, वो कीड़ियाँ जिन्हों तुरिया नज़र आदियां सी इन्हों बिफता पै गई भी जे ये सच बहर आ गया तो साडा तो पंथक मखौटा ही उतर जाना। इन्होंने पहले दिन तो ही एक प्लैन कर लिया भी जस्टिस रणजीत सिंह कमीशन नू असी नहीं मानते, तो असी तो चाहते हाँ जी सुप्रीम कोर्ट का जज कोई इनकुआरी करे। तो लोग पूछने लग पे भी जो तुहाडा राज सी तुसी करा लेंदे सुप्रीम कोर्ट के जज तो तुसी क्यों कमीशन बनाया सी, कोई उत्तर नहीं सी। फिर ये बार बार पब्लिक स्टेटमेंट्स दे रहे सी भी जी ये चार पांच बंदे रल गए जिन्होंने सानू डीफेम करन दे लई ये सारा कमीशन बनाया। उहदे विच नां लिया जाण लग पिया कैप्टन अमरिंदर सिंह होरां दा, सुखपाल खैरे दा क्योंकि भणोईया सी उहदा नां लिया जाण लग पिया। और तुसी देखिया जदों असैंबली दा सैशन लाइव होया ते सरदार बिक्रम सिंह मजीठिया वह जदों रिपोर्टां दी सेल ला के बैठा सी कहिंदा जी ये भाईआ डिस्काउंट है, तो वह जिहड़े खुद भाईआ कल्चर के बिचों अकाली दल ते काबज हो गए उन्होंने मूहों ये लफज जचते नहीं सी। सुखबीर जी कह रहे सी भी देखो जी ये तो ना सिख है ना जस्टिस है, जिन्हां दी अपनी सिखी सवालों के घेरे च है वह सिखां नूं सवाल करन लग पए भी वह सिख कौन है कौन नहीं है। जदों कि कांग्रेस के एक मंत्री ने हाउस च पुछया भी तुसीं अकाली दल के प्रधान है ककार दिखा सकदे, वह दिखा नहीं सी सके। ऐसियां बेहूदा गल्लां हो रहियां सी गल नूं डायल्यूट करन लई, उस रिपोर्ट नूं डायल्यूट करन दे लई। मैं उत्थे ही सवाल खड़े कीते भी चलो मन लैने रिपोर्ट नूं डंप कर दिओ, तुहानूं बदनाम करन लई बनाई गई, पर इन्हां गल्लां दा कोई उत्तर है? सरकार तुहाडी सी, महाराज दा सरूप तां चोरी होया ना, रिकॉर्ड च एफ आई आर दर्ज है, इश्तिहार तां लगे ना, उहदी भी एफ आई आर लॉज होई, फिर बेअदबी होई ना उहदी भी एफ आई आर लॉज होई, फिर गोली भी चली, दो मुंडे भी मर गए। दो मुंडे मरन तो बाद फिर जिहड़े गोली चलाउण वाले सी उन्होंने एविडेंस खत्म करन दे लई गोलियां दे खोल भन्ने, उहदी भी तुहानूं जानकारी सी, राज भी तुहाडा सी। ते ये सारा कुछ पुछता यही रहे हैं ना भी ना डीसी ने हुक्म दिता गोली चलाउण दा। चलो वो गल्लां तां जिहड़ियां बहुतियां सामने आ चुकियां होईयां ने, जे तुसीं मतलब कि उत्थे लियाउण दी कोशिश कर रहे हो कि ये जिहड़ा तुहाडे उत्ते भी केस दर्ज होया ये उहदा एक पार्ट है, पर हुण तां सरकार तां उहनां दी नहीं हैगी। नहीं उहदे च कई वारी इस तरह हुंदा जिहड़ी मौजूदा सरकार हुंदी है ना, देखो वह जिहड़े मेरे सच नूं चुटलाउण दी कोशिश कर रहे सी जो मैनूं जानकारी सी, उहनां दी इक कोशिश सी ਬਈ ਕਿਤੇ ਐਸੇ ਹਾਲਾਤ ਬਣਾ ਦੇਣ ਕਿਤੇ ਵਾਇਲੈਂਸ ਕ੍ਰੀਏਟ ਹੋ ਜਾਏ ਜਿਹਦੇ ਨਾਲ ਬਰਗਾੜੀ ਦਾ ਇਨਸਾਫ ਮੋਰਚਾ ਵੀ ਡਾਇਲੂਟ ਹੋ ਜਾਏ ਔਰ ਜਿਹੜੀ ਸਾਡਾ ਵਿਰੋਧ ਹੋ ਰਿਹਾ ਥਾਂ ਥਾਂ, ਕਿਉਂਕਿ ਮੇਰੇ ਬੋਲਣ ਤੋਂ ਬਾਅਦ ਬਹੁਤ ਸਾਰੇ ਬੰਦੇ ਸੱਚ ਬੋਲਣ ਲਈ ਮਜਬੂਰ ਹੋ ਗਏ, ਜਿਹਨਾਂ ਵਿੱਚ ਅਵਤਾਰ ਸਿੰਘ ਮੱਕੜ ਨੇ ਵੀ ਬੋਲਿਆ, ਉਸ ਵੇਲੇ ਦੇ ਪ੍ਰਧਾਨ ਸਾਹਿਬ ਸੀਗੇ, ਫਿਰ ਬੀਬੀ ਕਰਨਜੋਤ ਕੌਰ ਨੇ ਬੋਲਿਆ। ਜਿਹੜੀ ਮੈਂ ਆਪਣੀ ਸੁਖਬੀਰ ਨਾਲ ਮੀਟਿੰਗ ਦੀ ਗੱਲ ਕੀਤੀ ਉਹਦੇ 'ਚ ਇੱਕ ਹਿੱਸਾ ਸਰਦਾਰ ਕਰਨੈਲ ਸਿੰਘ ਪੰਜੋਲੀ ਸੀ, ਉਹਨਾਂ ਨੇ ਉਸ ਨੂੰ ਐਂਡੋਰਸ ਕੀਤਾ। ਮਜਬੂਰੀ ਬਸ ਢੀਂਡਸਾ ਸਾਹਿਬ ਨੂੰ ਵੀ ਸੱਚ ਮੰਨਣਾ ਪੈ ਗਿਆ, ਮਜਬੂਰੀ ਬਸ ਬ੍ਰਹਮਪੁਰਾ ਸਾਹਿਬ ਨੂੰ ਵੀ ਬੋਲਣਾ ਪਿਆ, ਅਤੇ ਹਰ ਇੱਕ ਬੰਦੇ ਦੇ ਦਿਮਾਗ 'ਚ ਇਹ ਗੱਲ ਸੀ ਵੀ ਇੱਕ ਪਰਿਵਾਰ ਕਰਕੇ ਅਸੀਂ ਜੁੱਤੀਆਂ ਖਾ ਰਹੇ ਕੌਮ, ਵੀ ਸਾਡਾ ਕੀ ਗੁਨਾਹ ਕੀ ਆ, ਅਸੀਂ ਤਾਂ ਪਿਤਾ ਪੁਰਖੀ ਅਕਾਲੀ ਹਾਂ। ਅਤੇ ਉਹ ਇੱਕ ਗੱਲ ਚੱਲ ਪਈ ਸੀ ਵੀ ਜੇ ਅਕਾਲੀ ਦਲ ਨੂੰ ਬਚਾਉਣਾ ਤਾਂ ਇਸ ਪਰਿਵਾਰ ਨੂੰ ਲਾਂਭੇ ਕਰਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਲਿਆ ਜਾਵੇ। ਉਹਨਾਂ ਨੇ ਇਹ ਸਾਰੇ ਮਸਲਿਆਂ ਨੂੰ ਡੀਫਿਊਜ਼ ਕਰਨ ਦੇ ਲਈ ਮੇਰੇ ਜ਼ੁਬਾਨ 'ਚੋਂ ਨਿਕਲਿਆ ਇੱਕ ਲਫ਼ਜ਼ ਨੂੰ ਆਧਾਰ ਬਣਾਇਆ, ਆਪਣੇ ਬੰਦਿਆਂ ਨੂੰ ਡਿਪਿਊਟ ਕੀਤਾ ਵੀ ਤੁਸੀਂ ਇਹ ਸਾਰੀ ਮੈਨੇਜ ਕਰਕੇ ਸੁਖਦੇਵ ਸਿੰਘ ਭੌਰ ਦੇ ਘਰ ਜਾ ਕੇ ਗਾਲਾਂ ਕੱਢੋ। ਚਲੋ ਉਹ ਆਏ ਵੀ ਇੱਕ ਫਿਰਕੇ ਨਾਲ ਸੰਬੰਧਿਤ ਲੋਕ, ਉਹਨਾਂ ਨੇ ਆਪਣਾ ਮਨ ਹੌਲਾ ਕੀਤਾ,
ਬੜਾ ਮੰਦਾ ਚੰਗਾ ਬੋਲਿਆ, ਪਰ ਮੈਂ ਕਦੇ ਵੀ ਪੰਜਾਬ ਦੇ ਅਮਨ ਸ਼ਾਂਤੀ ਨੂੰ ਲਾਂਬੂ ਨਹੀਂ ਲੱਗਦਾ ਦੇਖਣਾ ਚਾਹੁੰਦਾ। ਮੈਂ ਆਪਣੇ ਸਾਰੇ ਸਾਥੀਆਂ ਨੂੰ ਕਿਹਾ ਵੀ ਜੋ ਮਰਜ਼ੀ ਕਰ ਜਾਣ, ਉਹਨਾਂ ਦਾ ਮਨ ਚਲੋ ਮੇਰੇ ਲਫ਼ਜ਼ ਨਾਲ ਦੁਖੀ ਹੋਇਆ, ਉਹਨਾਂ ਨੂੰ ਆਪਣੀ ਪੜਾਸ ਕੱਢ ਲੈਣ ਦਿਓ, ਆਪਾਂ ਪੰਜਾਬ ਦੇ ਅਮਨ ਸ਼ਾਂਤੀ ਨੂੰ ਅੱਗ ਨਹੀਂ ਲਾਉਣੀ। ਜਦੋਂ ਕਿ ਉਹਨਾਂ ਦੀ ਉਸ ਧਿਰ ਦੀ ਇਹ ਖਾਹਿਸ਼ ਸੀ ਵੀ ਸਾਡਾ ਉਸ ਭਾਈਚਾਰੇ ਨਾਲ ਕਲੈਸ਼ ਹੋਵੇ ਅਤੇ ਉਹ ਕਲੈਸ਼ ਨੂੰ ਅਸੀਂ ਇੰਨਾ ਆਊਟ ਬ੍ਰੇਕ ਕਰ ਦਈਏ ਅਤੇ ਸਾਰੇ ਮਸਲੇ ਜਿਹੜਾ ਉਹ ਡਾਈਵਰਟ ਹੋ ਜਾਏ। ਜਿਹੜਾ ਮੇਨ ਜਿਹੜਾ ਸੀ, ਭੌਰ ਸਾਹਿਬ ਸਾਡੇ ਨਾਲ ਮਹਿਮਾਨ ਮੌਜੂਦ ਨੇ। ਇੱਕ ਗੱਲ ਜਦੋਂ ਭੌਰ ਸਾਹਿਬ ਦੀ ਅਰੈਸਟ ਹੋਈ ਆ, ਮੈਂ ਉਦੋਂ ਵੀ ਲਿਖੀ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਕਿ ਇੱਕ ਚੀਜ਼ ਕਹੀ ਜਾਂਦੀ ਹੈ ਕਿ ਜੇ ਕਿਸੇ ਟਾਈਮ ਕੋਈ ਮੰਨ ਲਓ ਮੇਰੇ ਕੋਲੋਂ ਵੀ ਗਲਤ ਲਫ਼ਜ਼ ਜਿਹੜਾ ਉਹ ਨਿਕਲ ਗਿਆ, ਜੇ ਉਹਨੂੰ ਠੀਕ ਕਰ ਲਿਆ ਜਾਵੇ, ਦਰੁਸਤ ਕਰ ਲਿਆ ਜਾਵੇ, ਉਹਦੀ ਅਪੋਲੋਜੀ ਕਰ ਲਈ ਜਾਵੇ ਤਾਂ ਉਹ ਮਾੜੀ ਗੱਲ ਨਹੀਂ ਗੀ। ਕਿਉਂਕਿ ਜੇ ਤੁਸੀਂ ਮਾਫ਼ੀ ਮੰਗਣ ਤੋਂ ਬਾਅਦ ਵੀ ਇਹ ਸੋਚਦੇ ਹੋ ਕਿ ਮਾਫ਼ੀ ਮੰਗ ਲਈ ਸਾਨੂੰ ਉਹ ਜਿਹੜੀ ਐਕਸੈਪਟ ਨਹੀਂ ਗਈ, ਇਟ ਮੀਨਸ ਕਿ ਤੁਸੀਂ ਉਹ ਰਾਹ ਬੰਦ ਕਰ ਰਹੇ ਹੋ ਕਿ ਕੱਲ੍ਹ ਨੂੰ ਜੇ ਕੋਈ ਗਲਤ ਬੋਲੇ ਤਾਂ ਉਹ ਮਾਫ਼ੀ ਮੰਗਣ ਜੋਗਾ ਨਾ ਰਹੇ। ਇਹ ਇਹ ਚੀਜ਼ਾਂ ਸੀਗੀਆਂ, ਪਰ ਅਸਲ ਉਹਦੇ ਪਿੱਛੇ ਮਕਸਦ ਜਿਵੇਂ ਭੌਰ ਸਾਹਿਬ ਨੇ ਐਕਸਪਲੇਨ ਕੀਤਾ, ਅਸਲ ਮਕਸਦ ਸੀਗਾ ਕਿ ਫਿਰਕੇ ਜਿਹੜੇ ਨੇ ਉਹ ਲੜਾਏ ਜਾ ਸਕਣ ਕਿਸੇ ਤਰੀਕੇ ਦੇ ਨਾਲ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਦੋ ਫਿਰਕੇ ਨਹੀਂ ਲੜੇ ਤਾਂ ਬੇਅਦਬੀ ਜਿਹੜੀ ਸੀ ਉਹ ਗੀਤਾ ਦੀ ਵੀ ਹੋ ਗਈ, ਜੇ ਉੱਥੇ ਵੀ ਲੜਾਈ ਨਹੀਂ ਹੋਈ ਤਾਂ ਉਹ ਜਿਹੜੀ ਬੇਅਦਬੀ ਸੀਗੀ ਉਹ ਕੁਰਾਨ ਸ਼ਰੀਫ ਦੀ ਵੀ ਹੋ ਗਈ ਕਿ ਕੋਈ ਤਾਂ ਲੜੇ। ਇਹ ਕਹਾਣੀਆਂ ਜੋ ਕੁਛ ਜਿਹੜੀਆਂ ਦੀ ਉਹ ਚੱਲ ਰਹੀਆਂ ਸੀਗੀਆਂ। ਅਸਲ ਗੱਲ ਕੀ ਸੀਗੀ ਜਿਹੜੀ ਭੌਰ ਸਾਹਿਬ ਨੇ ਉਠਾਈ, ਜਿੱਥੋਂ ਇਹ ਸਾਰਾ ਕੁਛ ਨਿਕਲਿਆ ਕਿ ਕਿਸੇ ਤਰੀਕੇ ਨਾਲ ਸੁਖਦੇਵ ਸਿੰਘ ਭੌਰ ਹੋਰਾਂ ਦੀ ਟੋਨ ਜਿਹੜੀ ਆ ਜੀ ਡਾਊਨ ਕੀਤੀ ਜਾਵੇ, ਉਹ ਗੱਲ ਕੀ ਸੀਗੀ ਉਹਦੇ ਉੱਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਬ੍ਰੇਕ ਤੋਂ ਬਾਅਦ, ਔਰ ਫਾਇਰ ਲਾਈਨ ਦੇ ਵਿੱਚ ਸੁਖਦੇਵ ਸਿੰਘ ਭੌਰ ਹੁਰੀ ਮੌਜੂਦ ਨੇ। ਫਾਇਰ ਦੇ ਵਿੱਚੋਂ ਹੀ ਨਿਕਲ ਕੇ ਆਏ ਨੇ ਜੀ ਇਸ ਵੇਲੇ, ਕਿਉਂਕਿ ਉਹ ਲਾਈਨ ਦੇ ਉੱਤੇ ਲੜਨ ਵਾਲੇ ਲੋਕਾਂ ਦੇ ਵਿੱਚੋਂ ਨੇ, ਕੰਟੀਨਿਊਸ ਜਿਹੜਾ ਜੀ ਉਹ ਲੜਦੇ ਰਹੇ ਨੇ, ਜਿਹੜੇ ਬੋਲਦੇ ਰਹੇ ਨੇ। ਜੇ ਪਿਛਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਤੁਸੀਂ ਦੇਖੀ ਹੋਵੇ ਤਾਂ ਸਿੰਬੋਲਿਕ ਰੂਪ ਦੇ ਵਿੱਚ ਇੱਕ ਮੈਸੇਜ ਦੇਣ ਦੇ ਵਿੱਚ ਸਫਲ ਰਹੇ ਸੀਗੇ ਕਿ ਜਿਹੜੀ ਆ ਤੁਸੀਂ ਜਿਹਨੂੰ ਕਹਿੰਦੇ ਹੋ ਕਿ ਸਾਰਾ ਜੀ ਯੂਨੈਨੀਮਸਲੀ ਹੋ ਰਿਹਾ ਡਰਾਮਾ ਹੈ, ਇਹਨੂੰ ਬੰਦ ਕਰੋ, ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਨਹੀਂ ਹੋ ਸਕਦਾ। ਬੇਸ਼ੱਕ ਕਿੰਨਾ ਸਕਸੈਸ ਹੋਏ ਇਹ ਬਾਅਦ ਵਾਲੀ ਗੱਲ ਹੁੰਦੀ ਹੈ, ਆਪਣੀ ਗੱਲ ਜਿਹੜੀ ਉਹ ਕਹਿੰਦੇ ਰਹਿਣਾ ਇਹ ਘੱਟ ਲੋਕਾਂ ਦੇ ਹਿੱਸੇ ਜਿਹੜਾ ਜੀ ਉਹ ਆਇਆ। ਪਰ ਸਾਹਿਬ ਐਕਚੁਲੀ ਇਦੋਂ ਪਹਿਲਾਂ ਕਿ ਆਪਾਂ ਉਹ ਬੰਦ ਕਮਰਾ ਵਾਲੀ ਜਿਹੜੀ ਗੱਲ ਬੜੀ ਚਰਚਿਤ ਹੋਈ ਜਿੱਥੋਂ ਇਹ ਸਾਰਾ ਜਿਹੜਾ ਜੀ ਅਸਲ ਦੇ ਵਿੱਚ ਖਿਲਾਰਾ ਖਿਲ ਰਿਹਾ, ਉੱਥੇ ਮੈਂ ਤੁਹਾਡੇ ਤੋਂ ਕੁਛ ਕਲੈਰੀਫਿਕੇਸ਼ਨ ਜਿਹੜੀ ਚਾਹੁੰਦਾ। ਇਹ ਭਾਈਚਾਰਾ ਸਾਡਾ ਉਹ ਪਾਰਟ ਹੈ, ਸਾਡਾ ਉਹ ਅੰਗ ਹੈ ਦਲਿਤ ਭਾਈਚਾਰਾ, ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਇੱਕ ਵਿਰੋਧੀ ਜਿਹੜਾ ਜੀ ਉਹ ਬਣਾ ਕੇ ਪੇਸ਼ ਕੀਤਾ ਗਿਆ ਜਦੋਂ ਤੁਹਾਡੀ ਅਰੈਸਟ ਹੋਈ ਹੈ। ਉਦੋਂ ਬਾਅਦ ਉਹ ਵੀਡੀਓਜ਼ ਜਿਹੜੀਆਂ ਸੀਗੀਆਂ ਬੜੀਆਂ ਖਿਲਾਰੀਆਂ ਗਈਆਂ, ਕਿਉਂਕਿ ਅੱਜ ਕੱਲ੍ਹ ਆਈ ਟੀ ਵਿੰਗ ਸਾਰੀਆਂ ਪਾਰਟੀਆਂ ਨੇ ਬਣਾਏ ਹੋਏ ਆ, ਉਹਨਾਂ ਨੇ ਬਹੁਤ ਖਿਲਾਰੀ ਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਇਹ ਵੀ ਇੱਕ ਸਾਜਿਸ਼ ਦਾ ਹਿੱਸਾ ਸੀ। ਜਿਹੜੇ ਮੇਰੇ ਇਲਾਕੇ 'ਚ ਇਸ ਭਾਈਚਾਰੇ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੂੰ ਪਤਾ ਮੈਂ ਉਹਨਾਂ ਦੇ ਨਾਲ ਬੈਠ ਕੇ ਪ੍ਰਸ਼ਾਦਾ ਵੀ ਛਕਦਾ, ਮੈਂ ਉਹਨਾਂ ਨਾਲ ਬੈਠ ਕੇ ਚਾਹ ਵੀ ਪੀਂਦਾ। ਉਹ ਪਾਰਟ ਹੈ ਜੀ, ਬਹੁਤ ਅਹਿਮ ਅੰਗ ਹੈ, ਕਿਉਂਕਿ ਮੇਰੇ ਗੁਰੂ ਦਾ ਹੁਕਮ ਨਹੀਂ ਮੈਂ ਕਿਸੇ ਨੂੰ ਦਲਿਤ ਕਰਕੇ ਦੇਖਾਂ ਜੀ, ਮੇਰੇ ਗੁਰੂ ਦਾ ਹੁਕਮ ਹੈ ਬੰਦਿਆਂ ਨੂੰ ਗੁਣਾ ਕਰਕੇ ਪਰਖੀਦਾ, ਅਤੇ ਗੁਣਾ ਕਰਕੇ ਪਰਖਣ ਵਾਲਾ ਬੰਦਾ ਛੋਟੇ ਜਮਾਤ 'ਚੋਂ ਹੋਵੇ ਵੱਡੀ 'ਚੋਂ ਹੋਵੇ ਉਹਦਾ ਕੋਈ ਫਰਕ ਨਹੀਂ ਪੈਂਦਾ। ਇਹ ਸਿਆਸੀ ਸੌੜੀ ਸੋਚ ਵਾਲੇ ਲੋਕ ਵੰਡਾਂ ਪਾਉਂਦੇ ਆ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਪੀੜਿਤ ਹੈ, ਹੁਣ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਨਹੀਂ? ਕੀ ਅਸੀਂ ਗੁਰੂ ਕਿਵੇਂ ਮਨਫੀ ਕਰਕੇ ਦੇਖਿਆ? ਕੀ ਅਸੀਂ ਗੁਰੂ ਨਾਨਕ ਦੇ ਨਾਲ ਉਹਨਾਂ ਨੂੰ ਮੱਥਾ ਨਹੀਂ ਟੇਕਦੇ? ਕੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦੇ ਨਾਲ ਉਹਨਾਂ ਨੂੰ ਮੱਥਾ ਨਹੀਂ ਟੇਕਦੇ? ਅੱਛਾ, ਕੀ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਨਾਂ ਨੂੰ ਅਸੀਂ ਗੁਰੂ ਸਾਹਿਬ ਦੀ ਆਤਮਕ ਜੋਤ ਕਹਿੰਦੇ ਹਾਂ, ਜਦੋਂ ਅਸੀਂ ਪਾਠ ਕਰਦੇ ਹਾਂ ਕੀ ਇਹਨਾਂ ਭਗਤਾਂ ਦੀ ਬਾਣੀ ਨੂੰ ਛੱਡ ਕੇ ਕਰਦੇ? ਸਾਡੇ ਲਈ ਤਾਂ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸਾਰਾ ਹੀ ਗੁਰੂ ਦਾ ਹੁਕਮ। ਅਤੇ ਜੇ ਕਿਤੇ ਕੋਈ ਬੇਅਦਬੀ ਕਰਨ ਵਾਲਾ ਮੂਰਖ ਇਹ ਕਹੇ ਵੀ ਮੈਂ ਭਗਤ ਰਵਿਦਾਸ ਜੀ ਦੀ ਬਾਣੀ ਦੇ ਅੰਗ ਖਿਲਾਰ ਦੇਣੇ, ਸਾਡੇ ਲਈ ਕੀ ਉਹ ਦੁੱਖ ਵਾਲੀ ਗੱਲ ਨਹੀਂ? ਕਿਉਂਕਿ ਸਾਨੂੰ ਸਮੁੱਚੀ ਬਾਣੀ ਜਿਹੜੀ ਹੈ ਉਹ ਇਸ ਗੱਲ ਦੀ ਇਜਾਜ਼ਤ ਦਿੰਦੀ ਹੈ ਵੀ ਅਸੀਂ ਸਾਰੇ ਜੋ ਗੁਰੂ ਸਾਹਿਬ ਨੇ ਜਿਹਨਾਂ ਭਗਤਾਂ ਨੂੰ ਭੱਟਾਂ ਨੂੰ ਸਿੱਖਾਂ ਨੂੰ ਆਪਣੇ ਬਰਾਬਰ ਥਾਂ ਦਿੱਤਾ ਉਹ ਹਰ ਸਿੱਖ ਦੇ ਲਈ ਸਤਿਕਾਰਯੋਗ ਹੈ। ਔਰ ਸਿੱਖ ਕਦੀ ਦਲਿਤ ਵਲਤ ਦੀ ਕੋਈ ਗੱਲ ਮਤਲਬ ਸਮਝੀ ਨਹੀਂ, ਸਿੱਖ ਦੇ ਵਿੱਚ ਜਾਂ ਸਿੱਖ ਹੈ ਜਾਂ ਸਿੱਖ ਨਹੀਂ ਹੈ। ਅਤੇ ਜਿਹੜੇ ਬੰਦੇ ਵੀ ਚਲੋ ਉਹਨਾਂ ਦੀ ਕੋਈ ਮਜਬੂਰੀ ਹੋਏਗੀ ਜਾਂ ਸ਼ਰਾਰਤ ਕਰਨ ਵਾਲਿਆਂ ਨੇ ਐਸੀ ਸ਼ਰਾਰਤ ਕਰ ਲਈ, ਜਿਹੜਾ ਮੇਰੇ ਕੋਲੋਂ ਉੱਥੇ ਇੱਕ ਲਫ਼ਜ਼ ਬੋਲਿਆ ਗਿਆ ਜਿਹਦਾ ਮੈਨੂੰ ਬੇਹੱਦ ਅਫਸੋਸ ਵੀ ਸੀ, ਜਿਹਦਾ ਮੈਂ ਕਦੀ ਬੋਲਿਆ ਨਹੀਂ ਲਫ਼ਜ਼ ਐਸਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਜਦੋਂ ਮੇਰੇ ਜ਼ਿਹਨ ਵਿੱਚੋਂ ਨਿਕਲਦੀ ਹੈ, ਜਦੋਂ ਐਡਮਿਨਿਸਟ੍ਰੇਸ਼ਨ ਫੇਲਿਓਰ,
ਔਰ ਸਰਕਾਰ ਦੀ ਨਲੈਕੀ ਮੇਰੇ ਸਾਹਮਣੇ ਆਉਂਦੀ ਹੈ, ਮੇਰਾ ਖੂਨ ਖੋਲਣ ਲੱਗ ਪੈਂਦਾ। ਉਹ ਜਜ਼ਬਾਤ ਦੇ ਵਿੱਚ ਇੱਕ ਲਫ਼ਜ਼ ਨਿਕਲਿਆ, ਮੈਂ ਆਪਣੇ ਆਪ ਨੂੰ ਬਹੁਤ ਅਭਾਗਾ ਸਮਝਿਆ ਵੀ ਮੇਰੇ ਮੂੰਹ 'ਚੋਂ ਇਹ ਲਫ਼ਜ਼ ਨਹੀਂ ਸੀ ਨਿਕਲਣਾ ਚਾਹੀਦਾ। ਔਰ ਤੁਸੀਂ ਜਿਵੇਂ ਜ਼ਿਕਰ ਕੀਤਾ, ਮੈਂ ਉਹਦਾ ਉਸੇ ਵਕਤ ਉਸ ਲਫ਼ਜ਼ ਬੋਲੇ ਗਏ ਦੇ ਲਈ ਖਿਮਾ ਜਾਚਨਾ ਕਰ ਲਈ। ਜਿਸ ਸੋਸ਼ਲ ਮੀਡੀਆ 'ਤੇ ਕਿਸੇ ਨੇ ਉਹ ਵੀਡੀਓ ਅਪਲੋਡ ਕੀਤੀ ਉਹਦੇ 'ਤੇ ਹੀ ਮੈਂ ਮੰਗ ਲਈ, ਸਾਰੀ ਦੁਨੀਆ 'ਚ ਉਹ ਵੀ ਚੱਲ ਗਈ। ਆਮ ਤੌਰ 'ਤੇ ਸਿਆਣਾ ਬੰਦਾ ਤਾਂ ਇਹ ਕਹਿੰਦਾ ਵੀ ਚਲੋ ਯਾਰ, ਜੇ ਕਿਸੇ ਬੰਦੇ ਤੋਂ ਗਲਤੀ ਹੋ ਗਈ, ਉਸ ਬੰਦੇ ਨੇ ਉਹਦੇ ਲਈ ਅਫਸੋਸ ਪ੍ਰਗਟ ਕਰ ਲਿਆ, ਗੱਲ ਖਤਮ ਹੋ ਜਾਣੀ ਚਾਹੀਦੀ, ਐਕਸੈਪਟ ਹੋਣਾ ਚਾਹੀਦਾ, ਤਾਂ ਕਿ ਉਹ ਜਿਹੜੇ ਲੋਕ ਜਿਹੜੇ ਜੇ ਕਿਸੇ ਟਾਈਮ ਗਲਤ ਬੋਲਿਆ ਗਿਆ, ਮੈਂ ਉਹੀ ਗੱਲ ਲਿਖੀ ਸੀ। ਫਿਰ ਤੁਸੀਂ ਇਹ ਦੇਖੋ ਵੀ ਉਹ ਖਤਮ ਕਰਨ ਦੀ ਬਜਾਏ ਕੁਛ ਬੰਦਿਆਂ ਦੀ ਡਿਊਟੀ ਲਾਈ ਗਈ, ਤੁਸੀਂ ਇਹ ਚਲਾਓ। ਉਹਦੇ 'ਚ ਇੱਕ ਐਸਾ ਬੰਦਾ ਵੀ ਸੀ ਚੌਧਰੀ, ਜਿਹਦਾ ਖੁਦ ਦਾ ਭਰਾ ਇੱਕ ਨਿਰੰਕਾਰੀ ਆਸਟ੍ਰੇਲੀਆ ਦੇ ਵਿੱਚ ਇੱਕ ਨਿਰੰਕਾਰੀ ਮਿਸ਼ਨ ਦਾ ਹੈੱਡ ਹੈ, ਅਤੇ ਉਹ ਆਪਣੇ ਆਪ ਨੂੰ ਅਕਾਲੀ ਵੀ ਕਹਾਉਂਦਾ। ਐਸੇ ਬੰਦੇ ਡਿਪਿਊਟ ਕੀਤੇ ਗਏ ਜਿਹੜੇ ਬੰਦੇ ਉਹ ਸਾਰੀ ਗੱਲ ਨੂੰ ਬਸ ਇੱਦਾਂ ਬਣਾ ਦੇਣ ਜੀ, ਇਹ ਦਲਿਤ ਅਤੇ ਸਿੱਖ ਦਾ ਕਲੈਸ਼ ਹੋ ਗਿਆ ਜੀ, ਫਲਾਨਾ ਹੋ ਗਿਆ ਜੀ, ਤਿਮਕੜਾ, ਪਰ ਉਹ ਸਕਸੈਸ ਨਹੀਂ ਹੋ ਸਕੇ। ਇਹ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਸੀ, ਔਰ ਮੇਰਾ ਇਹ ਵਿਸ਼ਵਾਸ ਰਿਹਾ ਹਮੇਸ਼ਾ ਹੀ, ਮੇਰੇ ਗੁਰੂ ਦਾ ਵੀ ਹੁਕਮ ਹੈ ਇਹ, ਮੈਂ ਇੱਕ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਦਾ ਨਾਲ ਸਾਰਿਆਂ ਦੇ, ਮੇਰੇ ਲਈ ਕੋਈ ਦਲਿਤ ਨਹੀਂ, ਸਾਰੇ ਹੀ ਮੇਰੇ ਭਰਾ ਆ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ, ਉਹ ਸਾਰੇ ਹੀ ਮੇਰੇ ਭਰਾ ਆ। ਉਸ ਭਾਈਚਾਰੇ ਨਾਲ ਮੇਰੀਆਂ ਪਰਿਵਾਰਕ ਸਾਂਝਾਂ, ਪਰ ਇਹ ਸਾਂਝ ਤੋੜਨ ਦੀ ਬਹੁਤ ਘਿਨੌਣੀ ਸਾਜਿਸ਼ ਕੀਤੀ ਗਈ। ਔਰ ਮੈਨੂੰ ਜੋ ਮੈਂ ਸੋਸ਼ਲ ਮੀਡੀਆ 'ਤੇ ਕੋਈ ਦੇਖਿਆ, ਵੀਡੀਓ ਪਾਈਆਂ, ਜਾਣ ਬੁੱਝ ਕੇ ਮੇਰੇ ਘਰ ਵਿੱਚ ਕੁਝ ਬੰਦੇ ਭੇਜ ਕੇ ਗੰਦੀਆਂ ਗਾਲਾਂ ਮੈਨੂੰ ਕੱਢੀਆਂ ਗਈਆਂ, ਸਭ ਕੁਛ ਕਿਹਾ ਗਿਆ, ਐਂ ਕਰ ਦਿਆਂਗੇ, ਓਂ ਕਰ ਦਿਆਂਗੇ। ਜੇ ਮੈਂ ਮੂਰਖ ਹੁੰਦਾ ਤਾਂ ਮੇਰੇ ਜਿਹੜੇ ਮੇਰੇ ਨਾਲ ਪਿਆਰ ਕਰਨ ਵਾਲੇ ਸੀ ਉਹਦਾ ਰਿਸਪੋਂਸ ਕਰ ਦਿੰਦੇ, ਅਤੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਸੀ। ਪਰ ਮੈਂ ਸਭ ਨੂੰ ਇਹ ਗੱਲ ਕਹੀ ਵੀ ਕੋਈ ਗੱਲ ਨਹੀਂ, ਮੈਨੂੰ ਹੀ ਕੱਢਦੇ ਆ ਨਾ, ਆਪਾਂ ਪੰਜਾਬ ਦੀ ਸ਼ਾਂਤੀ ਕਿਸੇ ਕੀਮਤ 'ਤੇ ਭੰਗ ਨਹੀਂ ਹੋਣ ਦੇਣੀ। ਪਰ ਸਾਹਿਬ, ਇੱਥੋਂ ਹੀ ਜੇ ਆਪਾਂ ਗੱਲ ਅੱਗੇ ਜਿਹੜੀ ਆ ਜੀ ਉਹ ਤੋਰੀਏ, ਤੁਸੀਂ ਬੈਸਟ ਜਿਹੜਾ ਜੀ ਉਹ ਕਲੈਰੀਫਿਕੇਸ਼ਨ ਦਿੱਤਾ, ਜੀ ਲਫ਼ਜ਼ ਜਿਹੜਾ ਜੀ ਉਹ ਸਿਰਫ ਭਗਤਾਂ ਦੇ ਵਾਸਤੇ ਵਰਤਿਆ ਗਿਆ, ਗੁਰਬਾਣੀ ਦੇ ਵਿੱਚ ਇੰਨੀ ਰਿਸਪੈਕਟ ਜਿਹੜੀ ਆ ਉਹਨਾਂ ਨੂੰ ਦਿੱਤੀ ਗਈ ਆ, ਜੋ ਪੰਜਾਬ ਦੇ ਮਾਹੌਲ ਦੀ ਤੁਸੀਂ ਗੱਲ ਕੀਤੀ ਹੈ। ਔਰ ਸਰ, ਵਾਰ ਵਾਰ ਕੋਸ਼ਿਸ਼ਾਂ ਜਿਹੜੀਆਂ ਉਹ ਹੋ ਰਹੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਲਾਂਬੂ ਜਿਹੜਾ ਜੀ ਉਹ ਲਾਇਆ ਜਾਵੇ, ਇਹਦੇ ਵਾਸਤੇ ਤੁਸੀਂ ਇਹ ਸਮਝਦੇ ਹੋ ਕਿ ਫਿਰ ਇੱਕ ਵਾਰੀ ਧਿਆਨ ਡਾਈਵਰਟ ਕਰਨ ਦੇ ਵਾਸਤੇ ਸਾਰਾ ਕੁਛ ਹੋ ਰਿਹਾ? ਇਹ ਸਾਰਾ ਕੁਛ ਇੱਦਾਂ ਹੀ ਹੁੰਦਾ। ਦੇਖੋ, ਪਹਿਲੀ ਤਾਂ ਗੱਲ ਇਹ ਹੈ ਵੀ ਮੈਨੂੰ ਇੱਦਾਂ ਲੱਗਦਾ ਵੀ ਅਕਾਲੀ ਦਲ ਦਾ ਜਿਹੜਾ ਮੌਜੂਦਾ ਪ੍ਰਧਾਨ ਹੈ ਨਾ, ਸੁਖਬੀਰ ਸਿੰਘ ਬਾਦਲ, ਜਾਂ ਤਾਂ ਉਹ ਜਾਣਬੁੱਝ ਕੇ ਸਿੱਖਾਂ ਦੇ ਸੈਂਟੀਮੈਂਟਸ ਨਾਲ ਖੇਡ ਰਿਹਾ, ਜਾਂ ਉਹਦੀ ਇੱਕ ਐਸੀ ਸੋਚ ਬਣ ਗਈ ਹੈ ਵੀ ਸਿੱਖ ਤਾਂ ਮੇਰੇ ਬੁੱਕਲ 'ਚੋਂ ਨਿਕਲ ਗਏ, ਕਿਉਂਕਿ ਮੈਂ ਸਿੱਖਾਂ ਦੇ ਮੁੱਦਿਆਂ 'ਤੇ ਨਲੈਕੀ ਵਾਲੇ ਫੈਸਲੇ ਲਏ ਜਿਹਦੇ ਨਾਲ ਪੰਥਕ ਸੰਸਥਾਵਾਂ ਸਿੱਖਾਂ ਕੋਲੋਂ ਖੁੱਸ ਗਈਆਂ, ਜਥੇਦਾਰਾਂ ਦੀ ਧੌਣ 'ਤੇ ਗੋਡੇ ਰੱਖ ਰੱਖ ਕੇ ਫੈਸਲੇ ਕਰਾਏ, ਸ਼੍ਰੋਮਣੀ ਕਮੇਟੀ ਨੂੰ ਆਪਣੀ ਮਰਜ਼ੀ ਮੁਤਾਬਕ ਵਰਤਿਆ, ਅਕਾਲੀ ਦਲ ਨੂੰ ਆਪਣੀ ਰਖੇਲ ਬਣਾ ਲਿਆ, ਅਤੇ ਸਰਕਾਰ ਦੇ ਵਿੱਚ ਆਪਣਾ ਪੂਰਾ ਬੋਲਬਾਲਾ ਟੱਬਰ ਦਾ ਕਰ ਲਿਆ। ਅਤੇ ਉਹਨੂੰ ਇਹ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿੱਖ ਬਰਦਾਸ਼ਤ ਨਹੀਂ ਕਰ ਰਹੇ, ਅਤੇ ਨਾ ਇਹਨਾਂ ਨੇ ਕਰਨੀ। ਉਹਨੇ ਜਿਹੜੇ ਦੂਜੇ ਕਿਸਮ ਦੇ ਸਿੱਖ ਹੈ ਨਾ, ਜਿਹੜੇ ਚੌਧਰਾਂ ਦੇ ਭੁੱਖੇ ਆ, ਉਹਨੂੰ ਆਪਣੇ ਨਾਲ ਲਾ ਕੇ ਇੱਕ ਐਸੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ ਵੀ ਇਹ ਜਿਹੜੇ ਲੋਕ ਹੈ ਉਹ, ਜਦੋਂ ਦੇਖੋ ਉਹਨਾਂ ਦਾ ਰਾਜ ਸੀ, 3 ਹਫ਼ਤੇ ਲੋਕ ਸੜਕਾਂ 'ਤੇ ਬੈਠੇ ਰਹੇ ਵੀ ਸਾਡੇ ਗੁਰੂ ਦਾ ਅਪਮਾਨ ਹੋਇਆ, ਸਰਕਾਰ ਕੀ ਕਰ ਰਹੀ, ਦੋਸ਼ੀ ਫੜੇ। ਸੁਖਬੀਰ ਸਿੰਘ ਉਸ ਵੇਲੇ ਵੀ ਇਹ ਕਹਿ ਰਿਹਾ ਸੀ ਵੀ ਇਹ ਤਾਂ ਵਿਹਲੇ ਲੋਕ ਹੈ, ਇਹਨਾਂ ਨੂੰ ਘਰਾਂ 'ਚ ਕੋਈ ਪੁੱਛਦਾ ਨਹੀਂ, ਸੜਕਾਂ 'ਤੇ ਬਹਿ ਗਏ ਆ ਕੇ। ਅਤੇ ਉਹਨੇ ਅਜੇ ਵੀ ਆਪਣੇ ਆਪ ਨੂੰ ਅਮੈਂਡ ਨਹੀਂ ਕੀਤਾ, ਉਹ ਹੁਣ ਵੀ ਕੀ ਕਹਿ ਰਿਹਾ, ਜਿਹੜਾ ਇਨਸਾਫ ਮੋਰਚਾ ਬਰਗਾੜੀ ਲੱਗਾ ਆ, ਉਹ ਕਹਿ ਰਿਹਾ ਤਾਂ ISI ਦੇ ਏਜੰਟ ਅੱਤਵਾਦੀ ਨੇ। ਗੁਰੂ ਸਾਹਿਬ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਮਾੜੇ ਦਿਨ ਰਹੇ ਆ, ਉਦੋਂ ਜਦੋਂ ਸਿੱਖ ਅੱਤਵਾਦੀ ਲਫ਼ਜ਼ ਵਰਤਿਆ ਜਾਂਦਾ ਸੀ, ਬੜਾ ਉਹਦੇ ਉੱਤੇ ਰਿਐਕਸ਼ਨ ਹੁੰਦਾ ਸੀ, ਅਕਾਲੀ ਦਲ ਬੜਾ ਰਿਐਕਸ਼ਨ ਕਰਦਾ ਸੀਗਾ, ਇਹ ਬਿਲਕੁਲ ਹੈ ਵੀ ਸਹੀ, ਉਹ ਰਿਐਕਟ ਕਰਨਾ ਬਿਲਕੁਲ ਦਰੁਸਤ ਸੀਗਾ, ਤੁਸੀਂ ਸਮੁੱਚੇ ਭਾਈਚਾਰੇ ਦੇ ਨਾਲ ਇਹ ਲਫ਼ਜ਼ ਨਹੀਂ ਵਰਤ ਸਕਦੇ, ਪਰ ਅੱਜ ਅਕਾਲੀ ਦਲ ਦਾ ਪ੍ਰਧਾਨ ਉਹ ਲਫ਼ਜ਼ ਵਰਤਿਆ ਨਹੀਂ। ਹੁਣ ਦੇਖੋ ਨਾ, ਆਹ ਬਰਗਾੜੀ 'ਚ ਰੈਲੀ ਰੱਖੀ ਹੈ ਉਹਨਾਂ ਨੇ, ਦੂਜੇ ਫਰੀਦਕੋਟ ਰੱਖੀ ਰੈਲੀ, ਇੱਕ ਪਾਸੇ ਤਾਂ ਇਨਸਾਫ ਮੋਰਚਾ ਲੱਗਾ ਕਿ ਜਿਹੜੀ ਉਹ ਕਹਿੰਦੇ ਪਲੀ ਕੀ ਲਿਆ ਜਾ ਰਿਹਾ ਵੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੁੰਦੀਆਂ ਜੀ, ਅਸੀਂ ਰੈਲੀ ਕਰਨੀ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਫਰੀਦਕੋਟ 'ਚ ਹੀ ਹੋ ਰਹੀਆਂ, ਜਿਹੜੇ ਗੁਰੂ ਸਾਹਿਬ ਦੇ ਹੋਈ ਬੇਅਦਬੀ ਦਾ ਇਨਸਾਫ ਮੰਗ ਰਹੇ ਆ, ਤੁਸੀਂ ਉਹਨਾਂ ਨੂੰ ਕਦੀ ਅੱਤਵਾਦੀ, ਕਦੀ ਬਖਵਾਦੀ, ਕਦੀ ਜਿਹੜਾ ਉਹ ਲੀਡ ਕਰ ਰਹੇ ਆ ਭਾਈ ਧਿਆਨ ਸਿੰਘ ਮੰਡ, ਉਹਨਾਂ ਦੇ ਭਰਾਵਾਂ ਦੀ ਸ਼ਹਾਦਤ ਨੂੰ ਤੁਸੀਂ ਕਹਿ ਰਹੇ ਹੋ, ਉਹਦਾ ਭਰਾ ਤਾਂ ਬਹੁਤ ਵੱਡਾ ਅੱਤਵਾਦੀ ਸੀ, ਅਕਾਲੀ ਦਲ ਦੇ ਪ੍ਰਧਾਨ ਦੇ ਮੂੰਹ 'ਚੋਂ ਸਿੱਖਾਂ ਲਈ ਅੱਤਵਾਦੀ ਲਫ਼ਜ਼ ਤਾਂ ਬਹੁਤ ਜ਼ਿਆਦਾ ਪਿੰਚ ਕਰਦਾ, ਉਹ ਬੋਲਣ ਲੱਗੇ ਦੇਖਦੇ ਨਹੀਂ। ਫਿਰ ਬਾਬੇ ਦਾਦੂਵਾਲ ਦਾ ਜੋ ਕੁਛ ਉਹਨਾਂ ਨੇ ਕਿਹਾ, ਇਹ ਜੀ ਖਾਤੇ 'ਚ 16 ਕਰੋੜ ਆ ਗਿਆ, ਉਹ ਕਹਿੰਦੇ ਮੈਨੂੰ ਸਾਬਤ ਕਰੋ, ਜਾਂ ਮੈਨੂੰ ਅੱਗ ਲਾ ਕੇ ਸਾੜ ਦਿਓ, ਜਾਂ ਆਪ ਸੜੇ, ਕੋਈ ਸਾਬਤ ਨਹੀਂ ਕਰ ਸਕੇ।
ਫਿਰ ਜੀ ਇਹਨਾਂ ਦੀਆਂ ਫੋਨ ਚੰਨਣ ਸਿੰਘ ਸਿੱਧੂ ਦੇ ਕੈਪਟਨ ਦੇ ਘਰ ਜੀ ਮੀਟਿੰਗ ਹੋਈ ਹੈ, ਉਹਨਾਂ ਨੇ ਨੋਟਿਸ ਦੇ ਦਿੱਤਾ ਵੀ ਦੱਸੋ ਇਹ ਅਕਾਲੀ ਦਲ ਦੇ ਪ੍ਰਧਾਨ ਵਾਲੀਆਂ ਗੱਲਾਂ ਨੇ। ਏਡੀ ਵੱਡੀ ਸੰਸਥਾ ਦਾ ਮੁਖੀ ਇੱਦਾਂ ਦੀਆਂ ਬਚਕਨਾਂ ਗੱਲਾਂ ਕਰੇ ਜਿਹਦਾ ਕੋਈ ਜਵਾਬ ਹੀ ਨਾ ਹੋਵੇ, ਕੋਈ ਲੌਜਿਕ ਨਾ ਹੋਵੇ। ਇਹਦੇ ਨਾਲ ਸਿੱਖਾਂ ਦੀ ਰਾਜਨੀਤਿਕ ਧਿਰ ਖਤਮ ਕਰਨ ਦੀ ਇੱਕ ਤਾਂ ਸਾਜਿਸ਼ ਹੈ, ਇੱਕ ਦੂਜਾ ਜਿਹੜਾ ਫਰੀਦਕੋਟ ਵਿੱਚ ਰੱਖਿਆ ਗਿਆ ਉਹਨਾਂ ਦੇ ਚੇਲੇ ਚਮਚਿਆਂ ਵੱਲੋਂ, ਉਹ ਸ਼ਾਇਦ ਇਸ ਗੱਲੋਂ ਉਤਸ਼ਾਹਿਤ ਹੈ ਵੀ ਜਦੋਂ ਉਹਨਾਂ ਨੇ ਪਹਿਲਾਂ ਪਿੱਛੇ ਮੀਟਿੰਗ ਕੀਤੀ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਜਿੱਥੇ ਕੁਛ ਲੋਕ ਵਿਰੋਧ ਕਰਨ ਗਏ ਅਤੇ ਉਹਨਾਂ ਨੇ ਸਮਝਿਆ ਵੀ ਉਹ ਥੋੜ੍ਹੇ ਬੰਦੇ ਸੀ ਅਤੇ ਅਸੀਂ ਉਹਨਾਂ ਨੂੰ ਭਜਾ ਲਿਆ ਜਾਂ ਕੀ ਕਰ ਲਿਆ, ਔਰ ਹੁਣ ਉਹ ਸਿੱਧਾ ਚੈਲੇਂਜ ਕੌਮ ਨੂੰ ਦੇਣ ਜਾ ਰਹੇ ਆ ਵੀ ਜੇ ਇਹ ਬਰਗਾੜੀ ਵਾਲੇ ਬੈਠੇ ਨਾ ਉੱਠੇ ਜਿਹੜੇ ਸਾਨੂੰ ਰੋਜ਼ ਐਕਸਪੋਜ਼ ਕਰਦੇ ਆ ਸਾਡੀਆਂ ਗੱਲਾਂ ਲਈ, ਇਹਨਾਂ ਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਨੇ ਇਸ ਜਗ੍ਹਾ ਦੀ ਚੋਣ ਕੀਤੀ ਫਰੀਦਕੋਟ ਦੀ। ਸਰਕਾਰ ਜਿਹੜੀ ਹੈ ਸਰਕਾਰ ਦੀ ਅਣਗਹਿਲੀ ਨਾਲ ਸਾਰਾ ਕੁਛ ਹੋ ਰਿਹਾ, ਸਰਕਾਰ ਦਾ ਵਕੀਲ ਨਹੀਂ ਹਾਈਕੋਰਟ 'ਚ ਪੇਸ਼ ਹੋ ਰਿਹਾ ਹੈ ਜੀ। ਜਦੋਂ ਇੱਦਾਂ ਦੀ ਗੱਲ ਹੋਵੇ ਸਰਕਾਰ ਦੀਆਂ ਅਣਗਹਿਲੀਆਂ ਕਿਹੜੀ ਕਿਹੜੀ ਗੱਲ ਕਰੇ, ਦੇਖੋ ਤਿੰਨ ਦੋਸ਼ੀ ਜਿਹੜੇ ਮੇਨ ਫੜੇ ਗਏ ਮਹਾਰਾਜ ਦੀ ਬੇਅਦਬੀ ਵਾਲੇ, ਸੀ ਬੀ ਆਈ ਕੇਂਦਰ ਦੇ ਥੱਲੇ ਹੈ, ਸੀ ਬੀ ਆਈ ਨੇ 90 ਦਿਨਾਂ ਦੇ ਵਿੱਚ ਉਹਨਾਂ ਦਾ ਚਲਾਨ ਹੀ ਨਹੀਂ ਪੇਸ਼ ਕੀਤਾ, ਉਹ ਟੈਕਨੀਕਲ ਗਰਾਊਂਡ 'ਤੇ ਜਮਾਨਤ ਲੈ ਗਏ। ਇਹ ਜਾਣ ਬੁੱਝ ਕੇ ਸਿੱਖਾਂ ਦੇ ਜਜ਼ਬਾਤ ਨਾਲ ਖੇਡਿਆ ਜਾ ਰਿਹਾ, ਔਰ ਹੁਣ ਜਿਹੜਾ ਸੁਖਬੀਰ ਇਹ ਕਰ ਰਿਹਾ ਇਹ ਅੱਗ ਨਾਲ ਖੇਡਣ ਵਾਲੀ ਗੱਲ, ਕਿਤੇ ਕੋਈ ਪ੍ਰੋਵੋਕੇਸ਼ਨ ਹੋ ਜਾਏ, ਕਿਤੇ ਕੋਈ ਗੱਲ ਹੋ ਜਾਏ, ਇਹ ਪੰਜਾਬ ਦੇ ਅਮਨ ਨੂੰ ਲਾਂਬੂ ਲਾ ਸਕਦੀ ਹੈ। ਜੇ ਉਹਨਾਂ ਦੇ ਮਨ ਵਿੱਚ ਪੰਜਾਬ ਦੀ ਸ਼ਾਂਤੀ ਦਾ ਧਿਆਨ ਹੋਵੇ ਤਾਂ ਉੱਥੋਂ 10-20 ਕਿਲੋਮੀਟਰ ਪਰੇ ਵੀ ਤਾਂ ਹੋ ਸਕਦਾ। ਫਿਰ ਬਾਬੇ ਫਰੀਦ ਦਾ ਉੱਥੇ ਜੋੜ ਮੇਲਾ, ਸਾਰੀ ਸੰਗਤ ਉੱਥੇ ਫਰੀਦਕੋਟ ਆਉਣੀ ਹੈ, ਇਹ ਕੀ ਸਾਬਤ ਕੀ ਕਰਦਾ ਵੀ ਕਿਉਂ ਇਹ ਇਨਸਾਫ ਪਸੰਦ ਲੋਕਾਂ ਨੂੰ ਵਾਰ ਵਾਰ ਚਾਹੀਦਾ ਤਾਂ ਇਹ ਸੀ ਵੀ ਜਦੋਂ ਤੁਹਾਡਾ ਰਾਜ ਸੀ 1 ਜੂਨ 2015 ਨੂੰ ਮਹਾਰਾਜ ਦਾ ਸਰੂਪ ਚੋਰੀ ਹੋਇਆ, 12 ਜੂਨ ਨੂੰ ਬੇਅਦਬੀ ਹੋਈ ਹੈ, 14 ਨੂੰ ਗੋਲੀ ਚੱਲੀ ਹੈ, ਅਤੇ ਤੁਸੀਂ ਉਸ ਤੋਂ ਬਾਅਦ ਵੀ 1.5 ਸਾਲ ਰਾਜ ਕੀਤਾ। ਉਦੋਂ ਸੁਪਰੀਮ ਕੋਰਟ ਦੇ ਜੱਜ ਜਾਂ ਹਾਈ ਤੁਸੀਂ ਜੋ ਮਰਜ਼ੀ ਕਰ ਸਕਦੇ ਸੀ, ਲੋਕਾਂ ਨੂੰ ਇਨਸਾਫ ਦੇ ਸਕਦੇ ਸੀ। ਅੱਜ ਤੁਸੀਂ ਜਸਟਿਸ ਰਣਜੀਤ ਸਿੰਘ ਬੈਠਦਾ ਇਹਨੂੰ ਅਸੀਂ ਜਸਟਿਸ ਨਹੀਂ ਮੰਨਦੇ ਜੀ, ਇਹਨੂੰ ਤਾਂ ਸਿੱਖ ਹੀ ਨਹੀਂ ਮੰਨਦੇ ਜੀ, ਇਹ ਤਾਂ ਡਿਗਰੀ ਜਾਲੀ ਹੈ ਜੀ। ਇਹਨਾਂ ਗੱਲਾਂ ਦਾ ਕੋਈ ਤੁੱਕ ਨਹੀਂ, ਜਦੋਂ ਕਿ ਅਕਾਲੀ ਦਲ ਦਾ ਇਹ ਪ੍ਰਭਾਵ ਹੁਣ ਤੱਕ ਰਿਹਾ ਵੀ ਪੰਥ ਦੀ ਨੁਮਾਇੰਦਗੀ ਕਰਦੀ ਜਥੇਬੰਦੀ ਸੀ ਔਰ ਪੰਥ ਇਹਨਾਂ ਦੀ ਖਾਤਰ ਜਾਨਾਂ ਵਾਰਦਾ ਰਿਹਾ, ਪਰ ਹੁਣ ਜਿਹੜਾ ਅਕਾਲੀ ਦਲ ਚੱਲ ਰਿਹਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਵੀ ਮਜ਼ਾਕ 'ਚ ਲੈ ਰਿਹਾ, ਉਹ ਤਾਂ ਗੁਰੂ ਸਾਹਿਬ ਦੇ ਹੋਏ ਅਪਮਾਨ ਨੂੰ ਥਾਂ ਪਰ ਥਾਂ ਅਪਮਾਨ ਨੂੰ ਇੱਦਾਂ ਲੈ ਰਿਹਾ ਜਿਵੇਂ ਕੋਈ ਸਧਾਰਨ ਗੱਲਾਂ ਹੁੰਦੀਆਂ, ਹੱਸ ਹੱਸ ਕੇ ਗੱਲਾਂ ਕੀਤੀਆਂ ਜਾ ਰਹੀਆਂ। ਇਹ ਸਾਰੇ ਕੁਛ ਨੇ ਅਕਾਲੀ ਦਲ ਦੇ ਚਿਹਰੇ ਮੋਹਰੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ, ਔਰ ਮੈਂ ਇਹ ਗੱਲ ਉਸ ਦਿਨ ਵੀ ਕਹੀ ਸੀ ਵੀ ਇੱਕ ਪਰਿਵਾਰ ਦੀ ਨਲੈਕੀ ਨਾਲ ਜਿਸ ਪਰਿਵਾਰ ਨੇ ਸਾਰੇ ਹੀ ਅਕਾਲੀ ਜਿਹੜੇ ਪਾਵਰ ਸਟੇਸ਼ਨ ਸੀ ਨਾ ਸਿੱਖ ਪੋਲੀਟਿਕਸ ਦੇ ਆਪਣੀ ਜੇਬ 'ਚ ਪਾ ਲਏ, ਸਿੱਖਾਂ ਦੀ ਜਥੇਬੰਦੀ ਵਿੱਚੋਂ ਜਥੇਬੰਦੀ ਚੁਣਦੀ ਸੀ ਆਹ MLA ਬਣੇਗਾ, MP ਬਣੇਗਾ, ਆਹ ਮੁੱਖ ਮੰਤਰੀ ਬਣੇਗਾ, ਮੁੱਖ ਮੰਤਰੀ ਬਣੇਗਾ, ਅਤੇ ਬੇਸ਼ੱਕ ਮੁੱਖ ਮੰਤਰੀ ਵੀ ਹੁੰਦਾ ਸੀ, ਕੰਟਰੋਲ ਉਹਦੇ ਉੱਤੇ ਪਾਰਟੀ ਦਾ ਹੁੰਦਾ ਸੀ। ਬਾਦਲ ਸਾਹਿਬ ਨੇ ਵੀ ਫੇਸ ਕੀਤੇ ਹਾਲਾਤ ਜਦੋਂ ਤਲਵੰਡੀ ਸਾਹਿਬ ਪ੍ਰਧਾਨ ਸੀਗੇ, ਔਰ ਫਿਰ ਜਿਹੜਾ ਅਕਾਲੀ ਦਲ ਸੀ ਉਹਦੇ ਉੱਤੇ ਅਕਾਲ ਤਖ਼ਤ ਦਾ ਕੁੰਡਾ ਹੁੰਦਾ ਸੀ, ਅਕਾਲ ਤਖ਼ਤ ਕੋਠੀਆਂ 'ਚ ਬੈਠ ਕੇ ਪਰਚੀਆਂ ਲੈ ਕੇ ਫੈਸਲੇ ਨਹੀਂ ਸੀ ਕਰਦਾ, ਪੰਥਕ ਮਰਿਆਦਾ ਮੁਤਾਬਕ ਕਰਦਾ ਸੀ, ਅਤੇ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਾ ਜਥੇਬੰਦੀ ਦੇ ਤੌਰ 'ਤੇ ਕੰਮ ਕਰਦੀ ਸੀ। ਹੁਣ ਉਹ ਸਾਰੇ ਹੀ ਪਾਵਰ ਸਟੇਸ਼ਨ ਇੱਕ ਜੇਬ 'ਚ ਪਾ ਲਏ ਅਤੇ ਉਹ ਜੇਬ ਕੱਟੀ ਗਈ, ਅਸਲ ਦੇ ਵਿੱਚ ਉਹ ਨੁਕਸਾਨ ਜਿਹੜਾ ਜੇਬ ਕੱਟੀ ਗਈ ਹੈ, ਜਦੋਂ ਜੇਬ ਕੱਟੀ ਹੈ ਨਾ ਫਿਰ ਬੱਸ ਜੋਗਾ ਦਾ ਕਿਰਾਇਆ ਨਹੀਂ ਹੁੰਦਾ, ਫਿਰ ਕਦੀ ਟੈਂਪੂਆਂ ਨੂੰ ਹੱਥ ਦਿੰਦੇ, ਕਦੇ ਟਰਾਲੀਆਂ ਨੂੰ ਦਿੰਦੇ ਵੀ ਚੜਾ ਲਾ, ਹੁਣ ਚੜਾਉਂਦਾ ਵੀ ਕੋਈ। ਸੁਖਦੇਵ ਸਿੰਘ ਭੌਰ ਫਾਇਰ ਲਾਈਨ ਦੇ ਵਿੱਚ ਮੌਜੂਦ ਨੇ, ਹੋਊਗਾ ਜਿਹੜਾ ਜੀ ਉਹ ਕੀ ਜਿਹੜੀਆਂ ਬਹੁਤ ਜਿਹੜੀਆਂ ਉੱਚੀਆਂ ਸੁੱਚੀਆਂ ਜਿਹੜੀਆਂ ਸਾਡੀਆਂ ਔਰਗੇਨਾਈਜੇਸ਼ਨ ਸਨ, ਉਹ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਅਕਾਲ ਤਖ਼ਤ ਹੈ, ਜੋ ਹਾਲਾਤ ਬਣ ਗਏ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਉੱਤੇ ਕਰੋੜਾਂ ਰੁਪਈਏ ਦੀ ਪ੍ਰੋਪਰਟੀ ਬਣਾਉਣ ਦਾ ਇਲਜ਼ਾਮ ਜਿਹੜਾ ਜੀ ਉਹ ਵਿਧਾਨ ਸਭਾ ਦੇ ਔਨ ਰਿਕਾਰਡ ਲੱਗ ਗਿਆ, ਉਸ ਮਾਮਲੇ ਦੇ ਉੱਤੇ ਬਿਲਕੁਲ ਜਿਹੜਾ ਕੰਪਲੀਟ ਚੁੱਪ ਹੈ, ਨਾ ਅਕਾਲੀ ਦਲ ਬੋਲਦਾ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਲਦੀ ਹੈ, ਅਤੇ ਜਥੇਦਾਰ ਸਾਹਿਬ ਨੇ ਤਾਂ ਬੋਲਣਾ ਹੀ ਕੀ ਹੈ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਵਾਪਸ ਆ ਰਹੇ ਹਾਂ, ਸੁਖਦੇਵ ਸਿੰਘ ਭੌਰ ਹੁਰੀ ਮੌਜੂਦ ਰਹਿਣਗੇ ਫਾਇਰ ਲਾਈਨ ਦੇ ਵਿੱਚ। ਸਵਾਗਤ ਹੈ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਫਾਇਰ ਲਾਈਨ ਦੇ ਵਿੱਚ। ਸੁਖਦੇਵ ਸਿੰਘ ਭੌਰ ਜੀ ਮੌਜੂਦ ਨੇ ਫਾਇਰ ਲਾਈਨ ਦੇ ਵਿੱਚ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਨੇ, ਜਿਹੜੇ ਅਕਾਲੀ ਦਲ ਤੋਂ ਜਦੋਂ ਇਹ ਘਟਨਾਵਾਂ ਵਾਪਰੀਆਂ ਨੇ ਉਦੋਂ ਜਿਹੜੇ ਮੋਹਰੀ ਜਿਨ੍ਹਾਂ ਦੇ ਵਿੱਚੋਂ ਸਨ, ਜਿਹੜੇ ਰਿਜ਼ਾਈਨ ਦੇ ਕੇ ਆਪਣਾ ਰੋਸ ਪ੍ਰਗਟ ਕਰਨ ਵਾਲੇ ਜਿਹੜੇ ਉਹ ਸ਼ਖਸੀਅਤ ਨੇ, ਭੌਰ ਸਾਹਿਬ ਇਸ ਵੇਲੇ ਇਦੋਂ ਪਹਿਲਾਂ ਕਿ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਵਖਰੇਵਾਂ ਜਿਹੜਾ ਨਜ਼ਰ ਆ ਰਿਹਾ ਕਿ ਉਹ ਇੱਕ ਝੰਡੇ ਥੱਲੇ ਨਹੀਂ ਹੈਗੀਆਂ, ਉਹਦੀ ਗੱਲ ਕਰੀਏ।
ਇਹ ਇਹਦੇ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਸਰਕਾਰੀ ਜਿਹੜਾ ਪੱਖ ਹੈ ਉਹਦੇ ਵਿੱਚ ਜਿਹੜੇ ਮੰਤਰੀ ਨੇ ਉਹ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਕਰਦੇ ਆ, ਹਾਲਾਂਕਿ ਮੰਤਰੀਆਂ ਨੇ ਤਾਂ ਇਹ ਕਰਨਾ ਹੁੰਦਾ ਕਿ ਆਹ ਲਓ ਜੀ ਅਸੀਂ ਇਹਦੇ ਉੱਤੇ ਆਹ ਐਕਸ਼ਨ ਲੈ ਲਿਆ, ਉਹ ਐਕਸ਼ਨ ਨਹੀਂ ਲੈਂਦੇ, ਉਹ ਦੱਸ ਰਹੇ ਆ। ਹੁਣ ਸੀ ਸੀ ਟੀ ਵੀ ਫੁਟੇਜ ਜਿਹੜੀ ਆ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਤਾਂ ਉਹ ਨਹੀਂ ਲੱਭ ਸਕਿਆ, ਉਦੋਂ ਪੁਲਿਸ ਨੇ ਉਹਨਾਂ ਨੂੰ ਟਾਲ ਦਿੱਤਾ, ਕੋਸ਼ਿਸ਼ ਤਾਂ ਉਹਨਾਂ ਨੇ ਕੀਤੀ, ਜਸਟਿਸ ਰਣਜੀਤ ਸਿੰਘ ਲੱਭ ਗਿਆ, ਉਹਨਾਂ ਨੇ ਸਿੱਧੂ ਸਾਹਿਬ ਨੇ ਉਹ ਫੁਟੇਜ ਜਿਹੜੀ ਉਹ ਜਾਰੀ ਕਰਤੀ, ਸਾਰਾ ਕੁਛ ਕਲੀਅਰ ਹੋ ਕੇ ਸਾਹਮਣੇ ਆ ਗਿਆ। ਚਾਹੇ ਸੁਖਜਿੰਦਰ ਸਿੰਘ ਰੰਧਾਵਾ ਨੇ, ਨਵਜੋਤ ਸਿੰਘ ਸਿੱਧੂ ਹੁਰੀ ਨੇ, ਨਵਜੋਤ ਸਿੰਘ ਸਿੱਧੂ ਹੁਰੀ ਹੁਣ ਅਕਾਲ ਤਖ਼ਤ ਦੇ ਉੱਤੇ ਜਿਹੜਾ ਜੀ ਉਹ ਚਲੇ ਗਏ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਾਸਤੇ ਚਿੱਠੀ ਲੈ ਕੇ ਉਸੇ ਅਕਾਲ ਤਖ਼ਤ ਦੇ ਉੱਤੇ ਜਿਨ੍ਹਾਂ ਦੇ ਜਥੇਦਾਰ ਨੂੰ ਉਹਨਾਂ ਦੇ ਇੱਕ MLA ਹਰਮਿੰਦਰ ਸਿੰਘ ਗਿੱਲ ਹੋਰਾਂ ਨੇ ਕਰੋੜਾਂ ਰੁਪਈਏ ਦੀ ਪ੍ਰੋਪਰਟੀ ਦੇ ਦੋਸ਼ ਜਿਹੜੇ ਉਹ ਔਨ ਰਿਕਾਰਡ ਵਿਧਾਨ ਸਭਾ 'ਚ ਲਾ ਦਿੱਤੇ ਅਤੇ ਉਦੋਂ ਬਾਅਦ ਕਿਸੇ ਦਾ ਕੋਈ ਜਵਾਬ ਨਹੀਂ ਆਇਆ। ਇਹ ਜਿਹੜੀਆਂ ਸਰਕਾਰੀ ਧਿਰਾਂ ਦਾ ਜੋ ਕੁਛ ਇਹ ਪੱਖ ਚੱਲ ਰਿਹਾ, ਤੁਹਾਨੂੰ ਇਹ ਲੱਗਦਾ ਨਹੀਂ ਕਿ ਐਵੇਂ ਅੱਖਾਂ ਪੂੰਝ ਰਹੇ ਆ, ਕਦੀ ਕੁਛ ਕਰਤਾ ਕਦੀ ਕੁਛ ਕਰਤਾ? ਮਿਨਿਸਟਰ ਤਾਂ ਇਹ ਨਹੀਂ ਕਰਦੇ ਹੁੰਦੇ ਜੀ, ਮਿਨਿਸਟਰ ਨੇ ਤਾਂ ਬਹੁਤ ਕੁਛ ਕਰ, ਉਹਨਾਂ ਨੇ ਤਾਂ ਦੱਸਣਾ ਹੁੰਦਾ ਕਿ ਆਹ ਲਓ ਜੀ ਅਸੀਂ ਆਹ ਕਰ ਦਿੱਤਾ। ਦੇਖੋ ਜੇ ਮਿਨਿਸਟਰ ਕੋਲ ਕਿਸੇ ਘਟਨਾ ਦਾ ਕੋਈ ਫੁਟੇਜ ਹੋਵੇ ਜਾਂ ਕੋਈ ਜਾਣਕਾਰੀ ਹੋਵੇ, ਉਹਨਾਂ ਨੂੰ ਬਜਾਏ ਜਨਤਾ ਦੇ ਵਿੱਚ ਨਸ਼ਰ ਕਰਨ ਦੇ ਉਹਦੇ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਕਾਰਵਾਈ ਤਾਂ ਉਹ ਕੀਤੀ ਨਹੀਂ, ਉਹ ਸਿਰਫ ਲੋਕਾਂ 'ਚ ਇਹ ਇਸ ਕਰਕੇ ਕਰ ਰਿਹਾ ਵੀ ਅਸੀਂ ਤਾਂ ਜੀ ਬੜੇ ਵੱਡੇ ਦੇਸ਼ ਭਗਤ ਹੈ, ਫਲਾਨਾ ਨਹੀਂ ਹੋਣ ਦਿੰਦਾ, ਧਮਕੜਾ ਨਹੀਂ ਹੋਣ ਦਿੰਦਾ। ਦੂਜੀ ਗੱਲ ਇਹ ਹੈ ਵੀ ਉਹ ਕਿਹੜੇ ਜਥੇਦਾਰ ਕੋਲ ਗਏ, ਜਿਸ ਜਥੇਦਾਰ ਨੂੰ ਉਹਨਾਂ ਦੇ MLA ਨੇ ਹਾਊਸ ਦੇ ਵਿੱਚ ਆਪਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ੀ ਐਲਾਨਿਆ, ਅੱਜ ਤੱਕ ਉਹਦਾ ਜਵਾਬ ਨਹੀਂ ਦੇ ਸਕਿਆ। ਅੱਛਾ, ਉਹ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਪਾਸੇ ਤਾਂ ਤੁਹਾਡਾ ਇੱਕ MLA ਉਹਦੇ 'ਤੇ ਦੋਸ਼ ਲਾ ਰਿਹਾ ਵੀ ਉਹਦੇ ਮੁੰਡੇ ਨੇ ਜਾਇਦਾਦ ਬਣਾ ਲਈ, ਉਹਦੇ ਮੁੰਡੇ ਨੇ ਆਪਣੇ ਟੱਬਰ ਭਰਤੀ ਕਰਾ ਲਿਆ ਜੀ, ਉਹ ਸਾਰੇ ਪਸ਼ੂਆਂ ਦੇ ਮੰਡੀਆਂ ਦਾ ਠੇਕਾ ਲੈ ਗਿਆ ਜੀ, ਉਹਨੇ ਹੋਟਲ ਬਣਾ ਲਿਆ, ਇਹ ਕਰ ਲਿਆ, ਉਹ ਕਰ ਲਿਆ, ਅਤੇ ਦੂਜੇ ਪਾਸੇ ਤੁਸੀਂ ਉਹਦੇ ਕੋਲ ਜਾ ਕੇ ਦਰਖਾਸਤਾਂ ਦੇ ਰਹੇ ਹੋ, ਸਾਬਤ ਕੀ ਕਰਨਾ ਚਾਹੁੰਦੇ ਹੋ? ਇੱਕ ਪਾਸੇ ਤਾਂ ਤੁਸੀਂ ਉਹਨੂੰ ਦੋਸ਼ੀ ਮੰਨ ਰਹੇ ਹੋ ਕੌਮ ਦਾ, ਦੂਜੇ ਪਾਸੇ ਉਹਦੇ ਕੋਲ ਹੀ ਦਰਖਾਸਤਾਂ ਦੇ ਰਹੇ। ਜੇ ਨਾ ਦਰਖਾਸਤ ਦਿੱਤੀ ਗਈ ਤਾਂ ਉਹ ਕੀ ਸਮਝਦੇ ਨੇ ਵੀ ਜਥੇਦਾਰ ਗੁਰਬਚਨ ਸਿੰਘ ਦੀ ਇਹ ਹਿੰਮਤ ਹੈ ਵੀ ਬਾਦਲਾਂ ਨੂੰ ਉਹ ਐਕਸਕਮਿਊਨੀਕੇਟ ਕਰ ਦੇ? ਤੁਹਾਨੂੰ ਲੱਗਦਾ ਕਿ ਇਹ ਮੰਤਰੀਆਂ ਦੀ ਮਜਬੂਰੀ ਆ, ਉਹ ਉਹਨਾਂ ਨੂੰ ਲੱਗਦਾ ਕਿ ਇੱਧਰੋਂ ਨਹੀਂ ਕੁਛ ਹੋ ਰਿਹਾ ਸਰਕਾਰ? ਮੈਨੂੰ ਇਹ ਲੱਗਦਾ ਵੀ ਉਹ ਕੁਲੈਕਟਿਵ ਰਿਸਪੋਂਸੀਬਿਲਟੀ ਸਮਝ ਨਹੀਂ ਰਹੇ। ਮਿਨਿਸਟਰੀ ਦੇ ਵਿੱਚੋਂ ਕੋਈ ਇੱਕ ਬੰਦਾ ਵੀ ਬੋਲੇ, ਉਹ ਸਾਰੀ ਮਿਨਿਸਟਰੀ ਦਾ ਨੁਮਾਇੰਦਾ ਹੁੰਦਾ। ਬਿਲਕੁਲ, ਜੇ ਇੱਕ ਪਾਰਟੀ ਵੱਲੋਂ ਇੱਕ ਬੰਦਾ ਬੋਲਦਾ, ਹੁਣ ਹਾਊਸ ਦੇ ਵਿੱਚ ਸਾਰਾ ਕੁਛ ਰਿਕਾਰਡ ਹੋਇਆ, ਲੋਕਾਂ ਨੇ ਲਾਈਵ ਦੇਖਿਆ। ਅੱਛਾ, ਜਥੇਦਾਰਾਂ ਦੀ ਵੀ ਬੜੀ ਮੈਂ ਤਾਂ ਹਾਸੋਹੀਣੀ ਸਥਿਤੀ ਸਮਝਦਾ। ਪੰਥਕ ਮਰਿਆਦਾ ਇਹ ਕਹਿੰਦੀ ਆ ਜੇ ਜਥੇਦਾਰ 'ਤੇ ਕਿਸੇ ਦੇ ਉੱਤੇ ਮਹਾਂਦੋਸ਼ ਲੱਗ ਜਾਏ ਅਤੇ ਉਹਨੂੰ ਆਪਣੇ ਆਪ ਛੱਡ ਜਾਣਾ ਚਾਹੀਦਾ, ਨਹੀਂ ਤਾਂ ਕੌਮ ਨੂੰ ਛੁਡਾ ਦੇਣਾ ਚਾਹੀਦਾ। ਅਤੇ ਮਹਾਂਦੋਸ਼ਾਂ ਦੇ ਵਿੱਚ ਇਹੀ ਹੁੰਦਾ ਵੀ ਕੋਈ ਬੰਦਾ ਵਿਭਚਾਰੀ ਹੋ ਜਾਏ, ਕੋਈ ਜਥੇਦਾਰ ਕਰਪਟ ਹੋ ਜਾਏ, ਕੋਈ ਜਥੇਦਾਰ ਉਹਦਾ ਦਿਮਾਗੀ ਸੰਤੁਲਨ ਵਿਗੜ ਜਾਏ, ਐਸੀਆਂ ਗੱਲਾਂ ਹੁੰਦੀਆਂ ਨੇ। ਅਤੇ ਉਹ ਸਾਰਾ ਕੁਝ ਲੱਗਣ ਤੋਂ ਬਾਅਦ ਨਾ ਤਾਂ ਜਥੇਦਾਰ ਸਾਹਿਬ ਨੇ ਜਵਾਬ ਦਿੱਤਾ, ਬਿਲਕੁਲ ਉਹੀ ਸਥਿਤੀ ਬਣੀ ਹੋਈ ਹੈ ਜਦੋਂ ਗਿਆਨੀ ਗੁਰਮੁਖ ਸਿੰਘ ਨੇ ਸਾਰਾ ਸੱਚ ਪ੍ਰਗਟ ਕੀਤਾ ਸੀ ਨਾ, ਜਾਂ ਤਾਂ ਗੁਰਮੁਖ ਸਿੰਘ ਨੂੰ ਤਲਬ ਕਰਕੇ ਸਜ਼ਾ ਲਾਉਂਦੇ ਜਾਂ ਉਹਦੇ ਸੱਚ ਬੋਲੇ ਉਹਨੂੰ ਪ੍ਰਵਾਨ ਕਰਦੇ। ਹੁਣ ਵੀ ਇਹੀ ਸਥਿਤੀ ਹੈ, ਜਾਂ ਤਾਂ ਹਰਮਿੰਦਰ ਸਿੰਘ ਗਿੱਲ ਵੱਲੋਂ ਬੋਲੇ ਹੋਏ ਸੱਚ ਨੂੰ ਪ੍ਰਵਾਨ ਕਰਕੇ ਆਪਣਾ ਤਿਆਗ ਪੱਤਰ ਦੇਣ ਅਤੇ ਝੋਲਾ ਚੁੱਕ ਕੇ ਘਰ ਨੂੰ ਜਾਣ, ਜਿਹੜੀਆਂ ਮੰਡੀਆਂ ਦਾ ਕੰਮ ਕਰਨਾ, ਹੋਰ ਕਰਨਾ, ਹੋਟਲ ਬਣਾਉਣੇ, ਜੋ ਮਰਜ਼ੀ ਬਣਾਈ ਜਾਣ। ਅਤੇ ਜੇ ਹਰਮਿੰਦਰ ਸਿੰਘ ਗਿੱਲ ਨੇ ਗਲਤ ਗਿਆ ਅਤੇ ਉਹ ਸਿੱਖ ਹੈ, ਅੰਮ੍ਰਿਤਧਾਰੀ ਹੈ, ਉਹਨੂੰ ਤਲਬ ਕਰਨ। ਅਤੇ ਸਿੱਧੂ ਸਾਹਿਬ ਦੀ ਇਸ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਜਾਣ ਵਾਲੀ, ਮੈਨੂੰ ਇਹਦੇ 'ਚ ਕੋਈ ਬਹੁਤੀ ਜ਼ਿਆਦਾ ਪਰ ਸਾਹਿਬ ਜੇ ਸੰਜੀਦਗੀ ਨਹੀਂ ਨਜ਼ਰ ਆਉਂਦੀ। ਇੱਕ ਹੋਰ ਸਰਕਾਰ ਦਾ ਪੱਖ ਦੇਖੋ, ਤੁਸੀਂ ਜ਼ਿਕਰ ਕੀਤਾ CBI ਦੀ ਅਦਾਲਤ ਨੇ ਤਿੰਨ ਜਿਹੜੇ ਮੇਨ ਸੀਗੇ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਨਿਲਾਮੀ ਪੇਸ਼ ਕੀਤੀ, ਉਹਨਾਂ ਦਾ ਚਲਾਣ ਹੀ ਪੇਸ਼ ਨਹੀਂ ਹੋਇਆ, ਉਹਨਾਂ ਦੀ ਜ਼ਮਾਨਤ ਹੋ ਗਈ, ਸਰਕਾਰ ਕਹਿੰਦੀ ਸਾਨੂੰ ਪਤਾ ਹੀ ਨਹੀਂ ਲੱਗਿਆ। ਜਿਹੜੇ ਪੁਲਿਸ ਆਫੀਸਰ ਜਿਹਨਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਉਹਨਾਂ ਦੇ ਰਿਕਮੈਂਡ ਕਰਤਾ, ਜਿਹੜਾ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਕਿਹਾ ਆਹ ਬੰਦੇ ਨੇ, ਉਹ ਹਾਈ ਕੋਰਟ ਚਲੇ ਗਏ, ਐਕਸ਼ਨ ਟੇਕਨ ਰਿਪੋਰਟ ਦੇ ਉੱਤੇ ਸਟੇ ਲੱਗ ਗਿਆ 20 ਤਰੀਕ ਤੱਕ। ਅਕਾਲੀ ਦਲ ਜਿਹੜਾ ਜੀ ਹਾਈ ਕੋਰਟ ਦੇ ਵਿੱਚ ਗਿਆ, ਸਰਕਾਰ ਦੇ ਜਿਹੜੇ ਨੁਮਾਇੰਦੇ ਜਿਹਨਾਂ ਨੇ ਪੇਸ਼ ਹੋਣਾ ਹੁੰਦਾ ਸਰਕਾਰੀ, ਉਹ ਕਹਿੰਦੇ ਸਾਨੂੰ ਨੋਟਿਸ ਹੀ ਨਹੀਂ ਮਿਲਿਆ, ਸਾਰੀਆਂ ਅਖਬਾਰਾਂ ਭਰੀਆਂ ਪਈਆਂ ਮੁੱਖ ਪੰਨਿਆਂ ਦੇ ਉੱਤੇ, ਇਹ ਜਾਣ ਬੁੱਝ ਕੇ ਜਿਹੜਾ ਹੂਪਰੇ ਦੀ ਪ੍ਰਵਿਰਤੀ ਬਚਾਉਣ ਦੇ ਚੱਕਰ, ਇਹ ਕੀ ਸਾਰਾ ਇਹ ਜਿਹੜੀਆਂ ਐਸੀਆਂ ਹਰਕਤਾਂ, ਇਹ ਰੂਲਿੰਗ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਸਮੇਂ 'ਚ ਕਰ ਸਕਦੀ, ਔਰ ਕੈਪਟਨ ਅਮਰਿੰਦਰ ਸਿੰਘ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਬੜੇ ਵੱਡੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਵੀ ਇਹ ਹੋ ਕੀ ਰਿਹਾ, ਸਰਕਾਰ ਦਾ ਵਕੀਲ ਕੋਰਟ 'ਚ ਪੇਸ਼ ਨਹੀਂ ਹੋ ਰਿਹਾ, ਸਰਕਾਰ ਦੀਆਂ ਲੱਭੀਆਂ ਹੋਈਆਂ ਫਾਈਂਡਿੰਗਸ ਜਿਹੜੀਆਂ ਉਹਨਾਂ ਦੇ ਕਮਿਸ਼ਨ ਨੇ ਲੱਭੀਆਂ, ਜਿਹਨੂੰ ਸਾਰਾ ਹਾਊਸ ਪੱਲੇ ਅੱਡ ਅੱਡ ਕੇ ਕਹਿ ਰਿਹਾ ਸੀ ਸਾਨੂੰ ਇਨਸਾਫ਼ ਦਿਓ ਇਨਸਾਫ਼ ਦਿਓ, ਉਹਨਾਂ ਦੇ ਮੰਤਰੀ ਕਹਿ ਰਹੇ ਸੀ, ਅਤੇ ਐਡੀ ਵੱਡੀ ਨੈਗਲੀਜੈਂਸ ਬਈ ਉਹ ਕਿਤੇ ਪੇਸ਼ ਹੀ ਨਹੀਂ ਹੋ ਰਿਹਾ ਵਕੀਲ। ਕੱਲ੍ਹ ਅਕਾਲੀ ਦਲ ਦੀ ਰੈਲੀ ਦੇ ਉਹ ਪਹਿਲਾਂ ਪਾਬੰਦੀ ਲਾ ਦਿੱਤੀ, ਅਤੇ ਪਾਬੰਦੀ ਲਾਉਣ ਤੋਂ ਬਾਅਦ ਜਿਹੜਾ ਉਹਨਾਂ ਦਾ ਐਡਵੋਕੇਟ ਜਨਰਲ ਹੈ ਉਹ
ਕੋਰਟ ਚ ਨਹੀਂ ਪੇਸ਼ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਥੋਂ ਤੱਕ ਕਚਾਈ ਕੀਤੀ ਵੀ ਨਾਲ ਦੇ ਕਮਰੇ 'ਚ ਤੁਸੀਂ ਬੈਠੇ ਹੋਏ ਹੋ ਇੱਥੇ ਤੁਸੀਂ ਆ ਕੇ ਪੇਸ਼ ਨਹੀਂ ਹੋਏ ਕੀ ਇਹ ਸਾਬਤ ਕਰਦਾ ਵੀ ਇਹ ਸਾਬਤ ਇਹ ਕਰਦਾ ਨਾ ਵੀ ਤੁਹਾਨੂੰ ਕੋਈ ਲੋਕਾਂ ਨਾਲ ਤਿਲਕ ਵਾਸਤਾ ਨਹੀਂ ਜੋ ਪੰਜਾਬ 'ਚ ਘੱਟ ਰਿਹਾ ਤੁਸੀਂ ਤੇ ਇਸ ਤਰ੍ਹਾਂ ਕਰ ਰਹੇ ਹੋ ਜਿਵੇਂ ਮੇਲਾ ਦੇਖਣ ਆਏ ਹੁੰਦੇ ਪਰ ਸਾਹਿਬ ਇਹਦਾ ਕਿਤੇ ਨਾ ਕਿਤੇ ਰੀਜ਼ਨ ਇਹ ਆ ਸਰਕਾਰ ਦਾ ਜਿਹੜਾ ਅਵੇਸਲਾਪਣ ਢਿੱਲਾਪਣ ਕੇ ਉਹਨੂੰ ਪਤਾ ਹੈ ਕਿ ਜਥੇਬੰਦੀਆਂ ਜਿਹੜੀਆਂ ਮੈਕਸੀਮਮ ਸਾਰੀਆਂ ਇੱਕ ਇਸ਼ੂ ਦੇ ਉੱਤੇ ਲੜ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਪਰ ਉਹ ਯੂਨਾਈਟ ਨਹੀਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਤਾਂ ਕਰਕੇ ਸਰਕਾਰ ਵੇਸਲੀ ਹੈ ਦੇਖੋ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਪੰਥ ਦਾ ਰਾਜਨੀਤਿਕ ਪਲੇਟਫਾਰਮ ਫੇਲ ਹੋ ਚੁੱਕਾ ਕਿਸੇ ਕਮਿਊਨਿਟੀ ਦੇ ਕੋਲ ਜਦੋਂ ਰਾਜਨੀਤਿਕ ਪਲੇਟਫਾਰਮ ਨਹੀਂ ਹੁੰਦਾ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਕਿਉਂਕਿ ਜਿਸ ਪਲੇਟਫਾਰਮ ਨੂੰ ਅਕਾਲੀ ਯੋਧਿਆਂ ਨੇ ਆਪਣੇ ਲਹੂ ਪਸੀਨੇ ਨਾਲ ਸਿੰਜ ਕੇ ਮੋਰਚਿਆਂ 'ਚ ਕੈਦਾਂ ਕੱਟ ਕੱਟ ਕੇ ਸਥਾਪਿਤ ਕੀਤਾ ਸੀ ਉਹ ਇੱਕ ਪਰਿਵਾਰ ਦੇ ਕਬਜ਼ੇ 'ਚ ਚਲੇ ਗਏ ਹੁਣ ਉਹਦੀ ਰਿਪਲੇਸਮੈਂਟ ਜਾਂ ਤਾਂ ਖੜੀ ਕੀਤੀ ਜਾਵੇ ਰਾਜਨੀਤਿਕ ਫੋਰਮ ਖੜਾ ਕੀਤਾ ਜਾਵੇ ਮੈਂ ਉਸ ਦਿਨ ਵੀ ਕਿਹਾ ਸੀ ਆਹ ਜਿਹੜੇ ਛੋਟੇ ਛੋਟੇ ਗਰੁੱਪ ਹੈ ਕਿਉਂ ਨਹੀਂ ਆਪਣੇ ਗਰੁੱਪ ਭੰਗ ਕਰਕੇ ਇੱਕ ਦਲ ਬਣਾ ਲੈਂਦੇ ਉਹਦੀ ਰਿਪਲੇਸਮੈਂਟ ਪੇਸ਼ ਕਰੋ ਵੀ ਜੇ ਇਹ ਗਲਤ ਨੇ ਤਾਂ ਆਹ ਲਓ ਅਸੀਂ ਰੱਖ ਦਿੱਤਾ ਮੋਹਰੇ ਇਹਨੂੰ ਅਡੋਪਟ ਕਰੋ ਅਤੇ ਆਓ ਸਾਡੇ ਨਾਲ ਆਪਾਂ ਪੰਥ ਦੀ ਲੜਾਈ ਲੜੀਏ ਪੰਜਾਬ ਦੀ ਲੜਾਈ ਲੜੀਏ ਪਰ ਸਾਹਿਬ ਅਜੇ ਵੀ ਕੌਮ ਲੀਡਰਲੈਸ ਹੈ ਦੇਖੋ ਇਹ ਬੜੀ ਵੱਡੀ ਸਾਜਿਸ਼ ਖੇਡੀ ਗਈ ਹੈ ਬਾਦਲ ਸਾਹਿਬ ਨੇ ਜਿਹੜੇ ਆਪਣੇ ਕੱਦ ਵਾਲੇ ਲੀਡਰ ਸੀ ਨਾ ਉਹਨਾਂ ਦੇ ਪੁੱਤਰਾਂ ਨੂੰ ਮੋਹਰੇ ਲਿਆ ਕੇ ਉਹਨਾਂ ਦੀ 50-50 ਸਾਲ ਦੀ ਸਰਵਿਸ ਖੂਹ 'ਚ ਸਿੱਟ ਦਿੱਤੀ ਅੱਜ ਉਹ ਦੁਖੀ ਵੀ ਹੈ ਪਰ ਦੁੱਖ ਇਸ ਗੱਲ ਦਾ ਵੀ ਹੈ ਵੀ ਜਿਹਨਾਂ ਦੇ ਨਾਲ ਇਹ ਜਲਾਲਤ ਭਰਿਆ ਵਰਤਾਓ ਪਿਛਲੇ ਸਮੇਂ 'ਚ ਹੋਇਆ ਜਿਹਨਾਂ ਦੀ ਸੀਨੀਓਰਿਟੀ ਨੂੰ ਇਗਨੋਰ ਕਰਕੇ ਆਪਣੇ ਪਰਿਵਾਰਾਂ ਨੂੰ ਮੋਹਰੇ ਲਿਆਂਦਾ ਗਿਆ ਜਾਂ ਜੇ ਇਹ ਕਹਿ ਲਓ ਜਿਹਨਾਂ ਨੇ ਆਪਣੇ ਪਰਿਵਾਰ ਦੀਆਂ ਕੁਰਸੀਆਂ ਇਹਨਾਂ ਵੱਡੇ ਆਗੂਆਂ ਦੀਆਂ ਸਿਆਸੀ ਲਾਸ਼ਾਂ ਦੇ ਉੱਤੇ ਟਿਕਾਈਆਂ ਉਹ ਵੀ ਵਕਾਲਤ ਕਰਦੇ ਫਿਰਦੇ ਫਿਰ ਅਜੇ ਵੀ ਜਦੋਂ ਪਿੱਛੇ ਜੇ ਪ੍ਰੈਸ ਕਾਨਫਰੰਸ ਹੋਈ ਕਹਿੰਦੇ ਜੀ ਟਕਸਾਲੀ ਆਗੂ ਆ ਗਏ ਕੀ ਇਹ ਟਕਸਾਲੀ ਹੈਗੇ ਨਹੀਂ ਇਹ ਪਹਿਲਾਂ 15 ਸਾਲ ਕਿੱਥੇ ਰਹੇ ਇਹਨਾਂ ਨੂੰ ਕਿਸੇ ਨੇ ਬੋਲਣ ਦਿੱਤਾ ਜੇ ਸਟੇਜ 'ਤੇ ਚੜ੍ਹਦਾ ਸੀ ਤਾਂ ਆ ਹੁਣ ਜੀ ਬਾਦਲ ਸਾਹਿਬ ਬੋਲਣਗੇ ਹੁਣ ਸੁਖਬੀਰ ਜੀ ਬੋਲਣਗੇ ਹੁਣ ਬੀਬਾ ਜੀ ਬੋਲਣਗੇ ਹੁਣ ਮਜੀਠੀਆ ਜੀ ਬੋਲਣਗੇ ਪੰਜਵਾਂ ਬੰਦਾ ਤਾਂ ਬੋਲਦਾ ਕੋਈ ਨਹੀਂ ਸੀ ਅਤੇ ਜੇ ਸਰਕਾਰ ਬਣਦੀ ਸੀ ਤਾਂ ਹੁਣ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਅਤੇ ਉਪ ਮੁੱਖ ਮੰਤਰੀ ਸਾਹਿਬ ਜਿਹੜੇ ਸੁਖਬੀਰ ਜੀ ਅਤੇ ਭਣੋਈਆ ਵੀ ਜਵਾਈ ਸਾਲਾ ਵੀ ਜਵਾਈ ਅਤੇ ਬਾਕੀ ਵੀ ਸਾਰੇ ਜਵਾਈ ਜੇ ਅਕਾਲੀ ਦਲ ਬਣਦਾ ਸੀ ਤਾਂ ਬਾਦਲ ਸਾਹਿਬ ਸਰਪ੍ਰਸਤ ਪੁੱਤਰ ਪ੍ਰਧਾਨ ਭਣੋਈਆ ਸੀਨੀਅਰ ਮੀਤ ਪ੍ਰਧਾਨ ਅਤੇ ਸਾਲਾ ਸਾਹਿਬ ਜਿਹੜੇ ਉਹ ਜਨਰਲ ਸੈਕਟਰੀ ਉਸ ਵੇਲੇ ਕਿੱਥੇ ਸੀ ਉਸ ਵੇਲੇ ਕਿਉਂ ਨਹੀਂ ਬੋਲੇ ਜਦੋਂ ਇਹ ਸਾਰਾ ਕੁਛ ਲੁੱਟ ਰਿਹਾ ਸੀ ਉਸ ਵੇਲੇ ਤਾਂ ਕੋਈ ਨਹੀਂ ਬੋਲਿਆ ਹੁਣ ਸਾਰਾ ਸਭ ਕੁਛ ਲੁਟਾ ਕੇ ਹੋਸ਼ ਮਿਆਏ ਤੋਂ ਕਿਆ ਗਿਆ ਤੁਹਾਨੂੰ ਲੱਗਦਾ ਹੈ ਕਿ ਸਭ ਕੁਛ ਲੁਟਾ ਦੇਣ ਵਾਲੀ ਜਿਹੜੀ ਗੱਲ ਹੈ ਉਹ ਜਿਹੜਾ ਅਕਾਲੀ ਦਲ ਬਾਦਲ ਹੈ ਉਹਨੂੰ ਲੱਗਦਾ ਹੈ ਕਿ ਇਹਦਾ ਜਿਹੜਾ ਖਮਿਆਜ਼ਾ ਹੈ ਸਿਆਸੀ ਰੂਪ ਦੇ ਵਿੱਚ ਭੁਗਤਣਾ ਪੈ ਰਿਹਾ ਜਾਂ ਪਊਗਾ ਦੇਖੋ ਇਹ ਸਾਰੇ ਹੀ ਬੰਦੇ ਜਿਹੜੇ ਅੱਜ ਬੋਲ ਰਹੇ ਆ ਇਹ ਵੀ ਅਕਾਲੀ ਦਲ ਦੇ ਅਜੋਕੇ ਹਾਲਾਤਾਂ ਦੇ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਜ਼ੁਰਤ ਨਹੀਂ ਕੀਤੀ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਉਹਨਾਂ ਦੀ ਅਧੀਨਗੀ ਪ੍ਰਵਾਨ ਕਰ ਲਈ ਕਦੀ ਇਹ ਗੱਲ ਨਹੀਂ ਕੀਤੀ ਵੀ ਦੇਖੋ ਜੀ ਵੀ ਅਕਾਲੀ ਦਲ ਦਾ ਜੋ ਡੈਮੋਕਰੈਟਿਕ ਸਿਸਟਮ ਹੈ ਇਹ ਤਾਂ ਹੈ ਨਹੀਂ ਕੋਈ ਪਿਤਾ ਪੁਰਖੀ ਪ੍ਰਬੰਧ ਹੋਵੇ ਮੈਂ ਤਾਂ ਇੱਕ ਸੁਝਾਅ ਵੀ ਦਿੱਤਾ ਸੀ ਬਈ ਅਕਾਲੀ ਦਲ ਦੇ ਪ੍ਰਧਾਨ ਦੀ ਮਿਆਦ ਜਿਹੜੀ ਆ 3 ਸਾਲ ਤੋਂ ਵਧਣੀ ਚਾਹੀਦੀ ਤਾਂ ਕਿ ਇੱਕ ਪਰਿਵਾਰ ਦੀ ਸਥਾਪਤੀ ਕਦੇ ਵੀ ਨਾ ਹੋਵੇ 3 ਸਾਲ ਬਾਅਦ ਪ੍ਰਧਾਨ ਚੁਣ ਲਓ ਨਾਲੇ ਲੀਡਰਸ਼ਿਪ ਜਨਰੇਟ ਹੋਈ ਜਾਂਦੀ ਹੈ ਮੈਂ ਇਹ ਵੀ ਸੁਝਾਅ ਦਿੱਤਾ ਸੀ ਵੀ ਜਿਹੋ ਜਿਹਾ ਦੋਸ਼ ਜਥੇਦਾਰਾਂ ਦੇ ਉੱਤੇ ਲੱਗ ਗਏ ਤਖਤਾਂ ਦੇ ਜਥੇਦਾਰਾਂ ਦੇ ਇਹਦੀ ਮਿਆਦ ਵੀ 3 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ 3 ਸਾਲ ਬਾਅਦ ਜਥੇਦਾਰ ਬਦਲ ਲਓ ਕਿਸੇ ਦੀ ਮਨੋਪਲੀ ਨਾ ਹੋਵੇ ਕੋਈ ਮੈਨੇਜ ਨਾ ਹੋਵੇ ਕੋਈ ਕਿਸੇ ਦੀ ਅਧੀਨਗੀ ਪ੍ਰਵਾਨ ਨਾ ਕਰੇ ਪੰਥਕ ਤੌਰ 'ਤੇ ਫੈਸਲੇ ਲਓ ਜਥੇਬੰਦੀ ਜਿਹੜੀ ਆ ਅੱਗੇ ਵਰਕਿੰਗ ਕਮੇਟੀ ਫੈਸਲੇ ਕਰਦੀ ਸੀ ਜ਼ਿਲ੍ਹਿਆਂ 'ਚ ਮੀਟਿੰਗਾਂ ਹੁੰਦੀਆਂ ਸੀ ਜ਼ਿਲ੍ਹਿਆਂ ਦੇ ਵਿੱਚ ਉਹ ਭਰਤੀ ਦੇ ਆਧਾਰ 'ਤੇ ਅਹੁਦੇਦਾਰ ਬਣਦੇ ਸੀ ਹੁਣ ਕੋਈ ਭਰਤੀ ਦੇਖਦਾ ਕਿਹਨੇ ਕਿੰਨੀ ਕਿਤੇ ਢਾਬਿਆਂ 'ਤੇ ਬੈਠ ਕੇ ਭਰਤੀ ਹੁੰਦੀ ਹੈ ਵਰਕਰਾਂ ਕੋਲ ਪਹੁੰਚ ਨਹੀਂ ਹੁੰਦੀ ਅਤੇ ਜਿਹਨੂੰ ਭਰਤੀ ਵੱਧ ਹੋਵੇ ਘੱਟ ਹੋਵੇ ਜਿਹਨੂੰ ਸੁਖਬੀਰ ਜੀ ਨੇ ਓਕੇ ਕਰਤਾ ਵੀ ਆਹ ਜ਼ਿਲ੍ਹੇ ਦਾ ਪ੍ਰਧਾਨ ਹੋਏਗਾ ਉਹ ਪ੍ਰਧਾਨ ਹੈ ਵਰਕਰ ਚਾਹੇ ਉਹਨੂੰ ਚਾਹੁੰਦੇ ਹੋਣ ਚਾਹੇ ਨਾ ਚਾਹੁੰਦੇ ਹੋਣ ਔਰ ਦੂਜਾ ਪੱਖ ਇਹ ਹੁੰਦਾ ਸੀ ਵੀ ਜੇ ਇਸ ਬੰਦੇ ਨੂੰ ਕੋਈ ਅਹੁਦੇਦਾਰੀ ਮਿਲਣੀ ਹੈ ਉਹਦਾ ਪੰਥਕ ਪਿਛੋਕੜ ਔਰ ਪਾਰਟੀ ਪ੍ਰਤੀ ਵਫ਼ਾਦਾਰੀ ਦੇਖੀ ਜਾਂਦੀ ਸੀ ਅਤੇ ਮੈਂ ਤਾਂ ਤੁਹਾਨੂੰ ਸੈਂਕੜੇ ਗਿਣਾ ਸਕਦਾ ਜਿਹੜੇ ਦੂਜੀਆਂ ਪਾਰਟੀਆਂ 'ਚੋਂ ਨਕਾਰੇ ਹੋਏ ਲਿਆ ਕੇ ਉਹ ਅਕਾਲੀ ਦਲ ਦੇ ਅਹੁਦੇਦਾਰ ਬਣਾ ਦਿੱਤੇ ਦੂਜੀਆਂ ਪਾਰਟੀ 'ਚੋਂ ਨਕਾਰੇ ਹੋਇਆਂ ਨੂੰ ਲਿਆ ਕੇ ਟਿਕਟਾਂ ਦੇ ਕੇ MLA ਬਣਾ ਦਿੱਤਾ ਦੂਜੀਆਂ ਪਾਰਟੀਆਂ ਜਿਹਨਾਂ ਨੂੰ ਸਿੱਖਾਂ ਦੀਆਂ ਦੁਸ਼ਮਣ ਪਾਰਟੀਆਂ ਆਪ ਕਹਿੰਦੇ ਉਹਨਾਂ ਵਿੱਚੋਂ ਲਿਆ ਕੇ ਜੋਗਿੰਦਰਪਾਲ ਜੈਨ ਵਰਗੇ ਜਥੇਦਾਰ ਬਣਾ ਦਿੱਤੇ ਇਜ਼ਹਾਰ ਆਲਮ ਵਰਗੇ ਬਣਾ ਦਿੱਤੇ ਅਤੇ ਕਈ ਐਸੇ ਆ ਜਿਹੜੇ ਜਿਹਨਾਂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਜੀ ਆਹ ਲਓ ਜੀ ਤੂੰ ਹਲਕੇ ਦਾ ਇੰਚਾਰਜ ਹੈ ਜਿਹਨਾਂ ਨੇ ਅਕਾਲੀ ਦਲ ਲਈ ਇੱਕ ਦਿਨ ਵੀ ਕੰਮ ਨਹੀਂ ਕੀਤਾ ਇਹ ਸਾਰਾ ਕੁਛ ਇੱਕ ਐਸੇ ਸਿਸਟਮ ਦੇ ਥੱਲੇ ਹੋਇਆ ਅਕਾਲੀਆਂ ਨੂੰ ਨਜ਼ਰਅੰਦਾਜ਼ ਕਰਕੇ ਔਰ ਇਹ ਸਾਰੇ ਜਿੰਨੇ ਵੱਡੇ ਲੀਡਰ ਆ ਸਾਰਿਆਂ ਨੇ ਦੇਖ ਕੇ ਅੱਖੀਂ ਦੇਖ ਕੇ ਇੰਡਿਕਟ ਕੀਤਾ
ਇਹ ਸਾਰੇ ਕੁਝ ਜ਼ਿੰਮੇਵਾਰ ਨੇ। ਪਰ ਸਾਹਿਬ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਅੱਜ ਹੁਣ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਹਦੇ ਵਾਸਤੇ ਫਿਰ ਜਿਹੜਾ ਜੀ ਅੱਗੋਂ ਕੀ ਹੋਊਗਾ, ਕਿਉਂਕਿ ਜਿੰਨੀ ਧੜੇਬੰਦੀ ਜਿਹੜੀ ਪਈ ਹੈ, ਮੈਂ ਇਹਦੇ ਉੱਤੇ ਤੁਹਾਡੇ ਤੋਂ ਜਿਹੜਾ ਜੀ ਉਹ ਜਾਣਨਾ ਚਾਹੁੰਦਾ ਇੱਕ ਛੋਟੀ ਜਿਹੀ ਕਮਰਸ਼ਲ ਬ੍ਰੇਕ ਕਿ ਕੀ ਹੋਊਗਾ ਜੇ ਮੰਨ ਲਓ ਸੰਭਾਵੀ ਰੂਪ 'ਚ ਅਗਲੇ 2-4 ਮਹੀਨਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੁੰਦੀਆਂ ਨੇ, ਕਿਉਂਕਿ ਜਿੰਨੀ ਧੜੇਬਾਜ਼ੀ ਜਿਹੜੀ ਉਹ ਉੱਭਰੀ ਪਈ ਹੈ ਉਹਦੇ ਵਾਸਤੇ ਇਹ ਕਿਵੇਂ ਯੂਨਾਈਟ ਜਿਹੜਾ ਜੀ ਹੋ ਸਕਣਗੇ, ਕੌਣ ਐਡਾ ਵੱਡਾ ਇਨੀਸ਼ੀਏਟਿਵ ਜਿਹੜਾ ਜੀ ਉਹ ਲਊਗਾ ਕਿ ਇਹਨਾਂ ਸਾਰਿਆਂ ਨੂੰ ਇਕੱਠਾ ਕਰ ਸਕੇ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਅਸੀਂ ਲਾਸਟ ਸੈਗਮੈਂਟ ਵੱਲ ਨੂੰ ਵਧਾਂਗੇ ਕਿ ਹੱਲ ਇਹਦਾ ਕੀ ਹੈ। ਇੱਕ ਬ੍ਰੇਕ ਤੋਂ ਬਾਅਦ ਵਾਪਸ ਪਰਤੇ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਫਾਇਰ ਲਾਈਨ ਦੇ ਵਿੱਚ, ਔਰ ਲਾਸਟ ਸੈਗਮੈਂਟ ਵੱਲ ਨੂੰ ਅਸੀਂ ਵੱਧ ਰਹੇ ਹਾਂ। ਸੁਖਦੇਵ ਸਿੰਘ ਭੌਰ ਜੀ ਸਾਡੇ ਨਾਲ ਮਹਿਮਾਨ ਮੌਜੂਦ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਹੁਣੇ ਹੀ ਉਹ ਇੱਕ ਉਹੋ ਜਿਹੀ ਮੁਸੀਬਤ ਦੇ ਵਿੱਚੋਂ ਨਿਕਲ ਕੇ ਆਏ ਨੇ, ਜਿਵੇਂ ਸਾਰਾ ਉਹਨਾਂ ਨੇ ਐਕਸਪਲੇਨ ਕਰ ਹੀ ਦਿੱਤਾ ਕਿ ਡਾਈਵਰਟ ਕਰਨ ਦਾ ਇੱਕ ਤਰੀਕਾ ਸੀ ਕਿ ਕਿਹੜਾ ਕਿਹੜਾ ਬੋਲਦਾ ਫਿਰ ਉਹਨੂੰ ਹੀ ਟਾਰਗੇਟ ਜਿਹੜਾ ਜੀ ਉਹ ਕੀਤਾ ਜਾਂਦਾ। ਸੁਪਰੀਮ ਕੋਰਟ ਨੇ ਬੜੀ ਅਹਿਮ ਟਿੱਪਣੀ ਪਿਛਲੇ ਦਿਨਾਂ ਦੇ ਵਿੱਚ ਕੀਤੀ ਸੀ ਜਦੋਂ ਕੁਛ ਬੁੱਧੀਜੀਵੀ ਜਿਹੜੇ ਅਰੈਸਟ ਹੋਏ ਆ ਕਿ ਜਿਹੜਾ ਮੁਲਕ ਹੈ ਉਹ ਕੁੱਕਰ ਹੈ ਇੱਕ, ਅਤੇ ਉਹਦਾ ਇੱਕ ਜਿਹੜਾ ਸੇਫਟੀ ਵਾਲਵ ਹੈ ਉਹ ਸੇਫਟੀ ਵਾਲਵ ਇਹ ਲੋਕ ਨੇ ਜਿਹੜੇ ਇਸ਼ੂ ਉਠਾਉਂਦੇ ਨੇ, ਉਹ ਕਹਿੰਦਾ ਸੇਫਟੀ ਵਾਲਵ ਬੰਦ ਨਾ ਕਰੋ ਨਹੀਂ ਤਾਂ ਕੁੱਕਰ ਫਟ ਜੂਗਾ। ਹਾਲਾਤ ਜਿਹੜੇ ਆ ਉਹ ਕੁੱਕਰ ਫਟਣ ਵਾਲੇ ਜਿਹੜੇ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਿਛਲੇ ਦਿਨਾਂ ਦੇ ਦੌਰਾਨ, ਪਰ ਫਿਰ ਵੀ ਆਫਟਰ ਆਲ ਕੋਈ ਤਾਂ ਪਾਵਰ ਜਿਹੜੀ ਉਹ ਹੈ ਜਿਹੜੀ ਦੇਖਦੀ ਆ ਕਿ ਧਿਆਨ ਕਿਸ ਪਾਸੇ ਵੱਲ ਨੂੰ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉੱਧਰ ਹੋਇਆ ਨਹੀਂ। ਦੋ ਉਹਨਾਂ ਅਹਿਮ ਭਾਈਚਾਰਿਆਂ ਦੇ ਵਿੱਚ ਜਿਹੜੀ ਸੀ ਉਹ ਦਰਾੜ ਪਾਉਣ ਦੀ ਕੋਸ਼ਿਸ਼ ਸੀਗੀ ਇਹ ਬਹੁਤ ਵੱਡੀ, ਪਰ ਉਹ ਟਲ ਗਈ ਇੱਕ ਕਿਸਮ ਦੇ ਨਾਲ। ਪਰ ਸਾਹਿਬ ਜਿਹੜੀ ਗੱਲ ਮੈਂ ਕਰ ਰਿਹਾ ਸੀ ਬ੍ਰੇਕ 'ਤੇ ਜਾਣ ਤੋਂ ਪਹਿਲਾਂ, ਅੱਜ ਭਾਈ ਰਣਜੀਤ ਸਿੰਘ ਹੋਰੀ ਆਪਣਾ ਜਿਹੜਾ ਜੀ ਉਹ ਜਥਾ ਬਣਾ ਕੇ ਚੱਲ ਰਹੇ ਨੇ, ਪੰਥਕ ਧਿਰਾਂ ਬਰਗਾੜੀ ਮੋਰਚਾ ਲਾਈ ਬੈਠੀਆਂ, ਉਹ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਗੀਆਂ, ਵਡਾਲਾ ਸਾਹਿਬ ਨੇ ਉਹ ਆਪਣਾ ਜਿਹੜਾ ਜੀ ਉਹ ਲਈ ਫਿਰਦੇ ਨੇ, ਇੰਨੇ ਧੜੇ ਜਿਹੜੇ ਜੀ ਉਹ ਬਣੇ ਹੋਏ ਨੇ। ਜਦੋਂ ਇਸ਼ੂ ਇੱਕ ਹੈ, ਜਦੋਂ ਮਕਸਦ ਇੱਕ ਹੈ, ਮੰਜ਼ਿਲ ਇੱਕ ਹੈ, ਅਤੇ ਫਿਰ ਇਕੱਠ ਕਿਉਂ ਨਹੀਂ ਹੋ ਰਿਹਾ? ਤੁਹਾਨੂੰ ਨਹੀਂ ਲੱਗਦਾ ਕਿ ਇਹ ਧੜੇਬੰਦੀ ਜਿਹੜੀ ਆ ਜੇ ਕੱਲ੍ਹ ਨੂੰ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੁੰਦੀਆਂ ਨੇ ਫਿਰ ਨੁਕਸਾਨ ਕਰੂ? ਦੇਖੋ ਇਹ ਤੁਹਾਡਾ ਬੜਾ ਅਹਿਮ ਸਵਾਲ ਹੈ, ਔਰ ਜਿਹੜੇ ਪੰਥਕ ਲੋਕ ਹੈ, ਪੰਥ ਨਾਲ ਪਿਆਰ ਕਰਨ ਵਾਲੇ, ਇਸ ਗੱਲ ਤੋਂ ਚਿੰਤਤ ਵੀ ਹੈ। ਇਹਦੇ ਦੋ ਹੱਲ ਨੇ, ਮੈਂ ਵਾਰ ਵਾਰ ਮਿਲ ਕੇ ਵੀ ਬੇਨਤੀ ਕਰਦਾ ਸਾਰਿਆਂ ਨੂੰ। ਇੱਕ ਤਾਂ ਇਹਦਾ ਇਹ ਹੈ ਵੀ ਦੋ ਤਰੀਕੇ ਨਾਲ ਇਹ ਚੋਣਾਂ ਲੜੀਆਂ ਜਾਣਗੀਆਂ। ਇੱਕ ਤਾਂ ਇਹ ਹੋਏਗਾ ਵੀ ਸੀਟ ਸ਼ੇਅਰ ਕਰਕੇ, ਪਰ ਮੈਂ ਇਹ ਸਮਝਦਾ ਇਸ ਤੋਂ ਵੀ ਵੱਡਾ ਪ੍ਰਭਾਵ ਤਾਂ ਪੈ ਸਕਦਾ ਹੈ ਜੇ ਏਜੰਡਾ ਇੱਕ ਹੈ ਅਤੇ ਫਿਰ ਛੋਟੇ ਛੋਟੇ ਗਰੁੱਪ ਭੰਗ ਕਰਕੇ ਉਹਨੂੰ ਇੱਕ ਜਥੇਬੰਦੀ ਦਾ ਰੂਪ ਦੇਣਾ ਚਾਹੀਦਾ, ਅਤੇ ਜਥੇਬੰਦੀ ਦਾ ਰੂਪ ਦੇ ਕੇ ਜਿਹੜਾ ਸਿੱਖ ਸਿਆਸਤ ਦੇ ਧੁਰੇ ਨੂੰ ਨੁਕਸਾਨ ਪੁੱਜਾ ਉਹਨੂੰ ਮਜ਼ਬੂਤ ਕਰਕੇ ਦੁਬਾਰਾ ਖੜ੍ਹਾ ਕਰਨਾ ਚਾਹੀਦਾ। ਔਰ ਇਹ ਸਮੇਂ ਦੀ ਲੋੜ ਵੀ ਹੈ, ਨਹੀਂ ਤਾਂ ਇਹ ਮੰਜ਼ਿਲ ਬੜੀ ਹੋਰ ਤਰ੍ਹਾਂ ਦੀ ਹੈ, ਕਿਉਂਕਿ ਜਿਹੜੀਆਂ ਐਸਟੈਬਲਿਸ਼ਡ ਪਾਰਟੀਆਂ ਜਾਂ ਜਿਨ੍ਹਾਂ ਦੇ ਕੋਲ ਇਹ ਸਾਰਾ ਕੁਝ ਹੈ, ਔਰ ਮੈਂ ਤਾਂ ਇਹ ਵੀ ਬੇਨਤੀ ਕਰਦਾ, ਕਹਿ ਦਿੱਤਾ ਜਾਂਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਅਪੈਕਸ ਬੋਡੀ ਹੈ, ਰੀਪ੍ਰਜੈਂਟਿੰਗ ਬੋਡੀ ਹੈ। ਮੈਂ 25 ਸਾਲ ਤੋਂ ਉਸ ਸੰਸਥਾ ਦੇ ਵਿੱਚ ਕੰਮ ਕਰਦਾ, 16 ਵਾਰੀ ਜਨਰਲ ਸੈਕਟਰੀ ਬਣਿਆ, 3 ਵਾਰੀ ਐਕਟਿੰਗ ਪ੍ਰਧਾਨ ਬਣਿਆ, ਐਗਜ਼ੈਕਟਿਵ ਵੀ ਕੰਮ ਕੀਤਾ। ਮੈਂ ਇਹ ਮਹਿਸੂਸ ਕਰਦਾ ਵੀ ਦੇਖੋ ਇਹਦੀ ਚੋਣ ਕਿੱਥੇ ਹੁੰਦੀ, ਪਹਿਲਾਂ ਸਿੱਖ ਇਹ ਤਾਂ ਸਮਝਣ, ਚੋਣ ਹੁੰਦੀ ਹੈ ਪੁਰਾਣੇ ਪੰਜਾਬ ਨੂੰ। ਅੱਜ ਜਿਹੜਾ ਮੌਜੂਦਾ ਪੰਜਾਬ ਇਹ ਸਾਰਾ ਹੀ ਕਰਨਾਲ ਤੱਕ ਹਰਿਆਣਾ, ਇੱਕ ਸੀਟ ਚੰਡੀਗੜ੍ਹ ਦੀ ਅਤੇ ਇੱਕ ਊਨਾ ਤਹਿਸੀਲ ਦੀ, ਇੰਨਾ ਪੰਜਾਬ। ਇਸ ਖਿੱਤੇ ਵਿੱਚ ਜਿਸ ਪਾਰਟੀ ਦੀ ਪੋਲੀਟੀਕਲ ਡੋਮੀਨੈਂਸ ਹੁੰਦੀ ਹੈ, ਜਿਹਦੇ ਕੋਲ MLA ਹੁੰਦੇ ਆ, ਜਿਹਦੇ ਕੋਲ ਆਪਣਾ ਜਥੇਬੰਦਕ ਸਟਰਕਚਰ ਹੁੰਦਾ, ਉਹ ਜ਼ੋਰ ਲਾ ਕੇ ਆਪਣੇ ਬੰਦੇ ਜਿਤਾ ਲੈਂਦੀ ਹੈ। ਜਿਹੜੇ ਇੱਦਾਂ ਗਰੁੱਪ ਤੁਰੇ ਫਿਰਦੇ ਆ, ਪੰਥਕ ਗਰੁੱਪ, ਉਹਨਾਂ ਦੇ ਕੋਲ ਨਾ ਕੋਈ MLA ਹੁੰਦਾ, ਨਾ ਸਰਪੰਚ ਹੁੰਦਾ ਵੋਟਾਂ ਪਾਉਣ ਲਈ, ਨਾ ਕੋਈ ਜ਼ਿਲ੍ਹਾ ਪ੍ਰੀਸ਼ਦ, ਉਹ ਹਾਰ ਜਾਂਦਾ, ਢਾਂਚਾ ਨਹੀਂ ਹੈਗਾ। ਹਾਂ, ਚਾਹੀਦਾ ਕੀ ਹੈ? ਵੈਸੇ ਤਾਂ ਚਾਹੀਦਾ ਹੈ, ਦੇਖੋ ਆਲ ਇੰਡੀਆ ਗੁਰਦੁਆਰਾ ਐਕਟ 'ਤੇ ਬਹੁਤ ਕੰਮ ਹੋਇਆ, ਕੀ ਇਸ ਖਿੱਤੇ ਤੋਂ ਬਾਹਰ ਵਸਣ ਵਾਲੇ ਸਿੱਖ ਸ਼ਾਮਲ ਹੀ ਕੀਤੇ ਜਾ ਸਕਦੇ? ਬਿਲਕੁਲ, ਹਾਂ, ਇਹਦਾ ਘੇਰਾ ਮੋਕਲਾ ਕਰੋ, ਵੱਡਾ ਕਰੋ। ਜੇ ਵਿਦੇਸ਼ ਵਿੱਚ ਸਿੱਖ, ਚਲੋ ਦੂਜਾ ਮੁਲਕ ਨਹੀਂ ਕੀਤੇ ਜਾ ਸਕਦੇ, ਹਿੰਦੁਸਤਾਨ ਵਿੱਚ ਇਸ ਵੇਲੇ ਆਲ ਇੰਡੀਆ ਗੁਰਦੁਆਰਾ ਐਕਟ ਦੀ ਬਹੁਤ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਤਾਂ ਕਿ ਜਿਹੜੇ ਪੰਜਾਬ ਤੋਂ ਬਾਹਰ ਸਿੱਖ ਬੈਠੇ ਉਹਨਾਂ ਦੀ ਨੁਮਾਇੰਦਗੀ ਵੀ ਹੋ ਸਕੇ। ਔਰ ਉਹਦੇ ਲਈ ਅਸੀਂ ਪ੍ਰਪੋਜ਼ਲ ਬਣਾਈ, ਮੈਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਜਿਹੜੀ ਪਹਿਲਾਂ ਕਮੇਟੀ ਬਣੀ ਉਹਦਾ ਮੈਂਬਰ ਰਿਹਾ। ਪਰ ਸਰ ਕੋਈ ਤੁਹਾਨੂੰ ਇਹ ਲੱਗਦਾ, ਕਿਉਂਕਿ ਟਾਈਮ ਉਨਾ ਕੁ ਹੈਗਾ, ਕਿ ਜਿਹੜਾ ਇਸ ਵੇਲੇ ਤੁਹਾਨੂੰ ਲੱਗੇ ਕਿ ਆਹ ਬੰਦਾ ਜਿਹੜਾ ਜੀ ਉਹ ਲੀਡਰ ਹੋ ਸਕਦਾ, ਮੇਰਾ ਖਿਆਲ ਕਿ ਤੁਸੀਂ ਕਮ ਸੇ ਕਮ ਇਸ ਗੱਲੋਂ ਤਾਂ ਇਨਕਾਰ ਨਹੀਂ ਕਰੋਗੇ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਹਾਡੇ ਵਰਗਾ ਵਿਅਕਤੀ ਉੱਥੇ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਆਉਂਦਾ, ਜਿੱਥੇ ਕਿ ਅੱਜ ਜ਼ਰੂਰਤ ਹੈ
क्योंकि देखो ओदे वास्ते थानू बहुत ज्यादा काम जिहड़ा जी ओह करना पऊगा जिन्ना डैमेज हो चुका होया कोई इस तरह का है जिन्हों मूहरे लाया जा सके श्रोमणी गुरुद्वारा प्रबंधक कमेटी दी चोणां दे विच। देखो जिहड़े पंथक पदवियां ने ना ਇਹ ਬੰਦਿਆਂ ਦੇ ਚਾਹੁਣ ਨਾਲ ਨਹੀਂ ਪ੍ਰਾਪਤ ਹੁੰਦੀਆਂ, ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀਆਂ, ਪੰਥ ਦੀ ਅਸੀਸ ਨਾਲ ਪ੍ਰਾਪਤ ਹੋ ਸਕਦੀਆਂ। ਪਰ ਮੈਂ ਕਦੀ ਅਹੁਦਿਆਂ ਦੀ ਲੜਾਈ ਨਹੀਂ ਲੜੀ, ਬਹੁਤ ਬਹੁਤ ਮੇਰੇ ਇਹਦੇ ਤੋਂ ਭੱਜਿਆ ਨਹੀਂ ਨਾ ਜਾ ਸਕਦਾ ਮੌਜੂਦਾ ਹਾਲਾਤ। ਦੇਖੋ ਮੇਰਾ ਜ਼ਰੂਰੀ ਥੋੜ੍ਹਾ ਵੀ ਮੈਂ ਸਾਰੀ ਉਮਰ ਬੈਠਾ ਰਹਿਣਾ, ਮੈਂ ਤਾਂ ਪਿੱਛੇ ਰਹਿ ਕੇ ਵੀ ਕੰਮ ਕਰ ਸਕਦਾ, ਮੈਂ ਗਾਈਡ ਕਰ ਸਕਦਾ। ਤੁਹਾਨੂੰ ਨਹੀਂ ਲੱਗਦਾ ਕਿ ਇੱਥੋਂ ਹੀ ਨੁਕਸਾਨ ਹੋਇਆ ਜਿਹੜਾ ਸਾਡਾ ਇੱਕ ਇੰਟਲੈਕਚੁਅਲ ਵਰਗ ਹੈ ਬੁੱਧੀਜੀਵੀ ਵਰਗ ਸਿੱਖਾਂ ਕੋਲ, ਕਿਤੇ ਇਹ ਤਾਂ ਨਹੀਂ ਹੈਗਾ ਕਿ ਬੁੱਧੀਜੀਵੀ ਘੱਟ ਨੇ, ਉਹਨਾਂ ਕੋਲ ਐਸੇ ਐਸੇ ਨਾਮ ਜਿਹੜੇ ਪਏ ਆ ਤੇ ਮੈਂ ਮਿੰਟ 'ਚ ਗਿਣਨੇ ਹੋਣ ਤਾਂ ਅੱਧੀ ਦਰਜਨ ਤੁਹਾਡੇ ਸਾਹਮਣੇ ਇੱਦਾਂ ਹੀ ਜਿਹੜਾ ਕੱਢ ਗਿਆ। ਉਹ ਲੋਕ ਚੁੱਪ ਕਰ ਜਾਂਦੇ ਆ ਇਹੋ ਜਿਹੇ ਮਸਲਿਆਂ ਦੇ ਉੱਤੇ, ਤੁਹਾਨੂੰ ਨਹੀਂ ਲੱਗਦਾ ਕਿ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਆ? ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ, ਅਸੀਂ ਪੰਜਾਬ ਦਾ 100 ਸਿਆਣਾ ਬੰਦਾ ਜਿਹੜਾ ਪੰਥ ਦਰਦ ਰੱਖਣ ਵਾਲਾ ਉਹਨਾਂ ਦੀ ਮੀਟਿੰਗ ਕਰਾਂਗੇ, ਉਹਨਾਂ ਕੋਲੋਂ ਇਹ ਸਾਰੇ ਸੁਝਾਅ ਲਵਾਂਗੇ ਅਤੇ ਅਸੀਂ ਉਹਦੀ ਐਂਟਰੀ ਵੀ ਰਿਸਟ੍ਰਿਕਟ ਕਰਾਂਗੇ। ਉਹ ਜਿਹੜੇ ਬੰਦੇ ਬੁਲਾਵਾਂਗੇ ਉਹਨਾਂ ਤੋਂ ਹੀ ਰਾਏ ਲੈ ਕੇ ਇੱਕ ਫਾਰਮੂਲਾ ਤਿਆਰ ਕਰਾਂਗੇ, ਜਿਹੜਾ ਇੱਕ ਟੀਮ ਬਣਾ ਕੇ ਇਕੱਲੇ ਇਕੱਲੇ ਗਰੁੱਪ ਦੇ ਕੋਲ ਜਾ ਕੇ ਗਲ 'ਚ ਪੱਲਾ ਪਾ ਕੇ ਬੇਨਤੀ ਕਰੋ ਵੀ ਆਓ ਰਲ ਕੇ ਲੜੀਏ, ਇੱਦਾਂ ਨਾ ਕਰੀਏ। ਕੀ ਇਹ ਪੋਸੀਬਲ ਹੈ ਭੌਰ ਸਾਹਿਬ ਕਿ ਕੋਈ ਇਹੋ ਜਿਹਾ ਬੰਦਾ ਜਿਹੜਾ ਬਹੁਤ ਹਾਈਲੀ ਐਜੂਕੇਟਡ ਹੈ, ਇੰਟਲੈਕਚੁਅਲ ਜਿਹੜੇ ਲੋਕ ਆ ਉਹਨਾਂ ਨੂੰ ਰੀਪ੍ਰਜੈਂਟ ਕਰਦਾ, ਉਹਨੂੰ ਹੀ ਬੇਨਤੀ ਹਾਲ ਦੀ ਘੜੀ ਕਰ ਲਈ ਜਾਵੇ ਤੂੰ ਹੀ ਮੂਹਰੇ ਲੱਗ ਜਾ? ਨਹੀਂ, ਇਹ ਦੇਖੋ ਜੇ ਜਿਹੜੇ ਲੋਕਾਂ ਨੂੰ ਸਿੱਖੀ ਨਾਲ ਪਿਆਰ ਹੈ, ਪੰਥ ਨਾਲ ਪਿਆਰ ਹੈ, ਪੰਥਕ ਸੰਸਥਾਵਾਂ ਨਾਲ ਪਿਆਰ ਹੈ, ਉਹਨਾਂ ਨੂੰ ਅਨਕੰਡੀਸ਼ਨਲ ਮੂਹਰੇ ਆਉਣਾ ਚਾਹੀਦਾ, ਉਹਨਾਂ ਨੂੰ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਚਾਹੀਦਾ। ਪਰ ਮੇਰਾ ਖਿਆਲ ਇਹ ਗੱਲ ਮੰਨਣੀ ਚਾਹੀਦੀ ਹੈ ਭੌਰ ਸਾਹਿਬ ਕਿ ਹਾਂ ਯੈਸ ਮੈਂ ਆਹ ਲੜਾਈ ਜਿਹੜੀ ਉਹ ਲੜਨ ਲਈ ਤਿਆਰ ਹਾਂ, ਤੁਸੀਂ ਉੱਤੇ ਰਹਿ ਕੇ ਹੁਣ ਲੜਾਈ ਨਹੀਂ ਲੜੀ ਜਾ ਸਕਣੀ। ਚਲੋ ਦੇਖੋ ਮੈਂ ਜਿਵੇਂ ਤੁਸੀਂ ਮੈਨੂੰ ਸਵਾਲ ਕੀਤਾ, ਮੈਂ ਇਹ ਜਿਹੜੇ ਵੱਡੇ ਪੰਥਕ ਗਰੁੱਪ ਹੈ ਉਹਨਾਂ ਨੂੰ ਵੀ ਬੇਨਤੀ ਕਰ ਚੁੱਕਾ ਵੀ ਆਪਾਂ ਠੇਕਾ ਥੋੜ੍ਹਾ ਲਿਆ ਸਾਰੀ ਉਮਰ, ਨੌਜਵਾਨ ਬੱਚੇ ਬੜੇ ਹੁਸ਼ਿਆਰ, ਉਹ ਅੱਗੇ ਆ ਜਾਣ, ਅਸੀਂ ਪਿੱਛੇ ਬੈਠ ਕੇ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ। ਅੱਜ 35 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟਿਕਟ ਦੇਣੀ ਹੋਵੇ ਨੌਜਵਾਨਾਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਤੁਹਾਡੇ ਕੋਲ ਲੱਭਣੇ ਹੀ ਨਹੀਂ ਗਏ, ਮੈਕਸੀਮਮ ਬਾਹਰ ਚਲੇ ਗਏ ਜੀ, ਇੱਥੇ ਨਹੀਂ ਰਹੇ ਭੌਰ ਸਾਹਿਬ। ਪਿੰਡਾਂ ਦੇ ਵਿੱਚ ਜੋ ਨੁਕਸਾਨ ਹੋ ਚੁੱਕਿਆ ਉਹ ਤੁਸੀਂ ਬਿਹਤਰ ਜਾਣਦੇ ਹੋ, ਤੁਸੀਂ ਤਾਂ ਗਰਾਊਂਡ ਦੇ ਨਾਲ ਜੁੜੇ। ਦੇਖੋ ਮੈਂ ਜਿਹੜੀ ਗੱਲ ਆਲ ਇੰਡੀਆ ਗੁਰਦੁਆਰਾ ਐਕਟ ਦੀ ਕਰਦਾ ਨਾ, ਜਸਟਿਸ ਹਰਬੰਸ ਸਿੰਘ ਦੇ ਵੇਲੇ ਤੋਂ ਕਮੇਟੀ ਬਣੀ ਸੀ, ਮੈਂ ਉਹਦਾ ਮੈਂਬਰ ਰਿਹਾ, ਅਸੀਂ ਉਹਦੇ 'ਚ ਸਾਰਾ ਅਨੁਪਾਤ ਬਣਾ ਕੇ ਦਿੱਤਾ ਸੀ ਵੀ 25,000 ਸਿੱਖਾਂ ਦੇ ਪਿੱਛੇ ਇੱਕ ਮੈਂਬਰ ਦੀ ਚੋਣ ਹੋਣੀ ਚਾਹੀਦੀ ਹੈ, ਜਿਹੜੇ ਜਿਹੜੇ ਸੂਬੇ 'ਚ 50,000 ਹੈ ਦੋ ਮੈਂਬਰ ਲੈ ਲਓ, ਉਹਦੇ ਹਿਸਾਬ ਨਾਲ 60-40 ਦੀ ਰੇਸ਼ੋ ਬਣਦੀ ਹੈ, 60 ਮੈਂਬਰ ਪੰਜਾਬ 'ਚੋਂ ਅਤੇ 40 ਬਾਹਰੋਂ ਪੰਜਾਬ ਤੋਂ ਆ ਸਕਦੇ, ਉਹਦੇ ਨਾਲ ਸਾਰੇ ਪੰਜਾਬੀਆਂ ਦੀ ਸਾਰੇ ਸਿੱਖਾਂ ਦੀ ਭਾਵਨਾ ਸਮਝੀ ਜਾ ਸਕਦੀ। ਬਿਲਕੁਲ ਜਿਹੜੀ ਜੀ ਉਹ ਬਿਲਕੁਲ ਦੁਰਸਤ ਉਹ ਫਰਮਾਇਆ, ਪਰ ਪ੍ਰੋਬਲਮ ਉਹਦੇ ਲਈ ਇਹ ਆ ਭੌਰ ਸਾਹਿਬ ਜਿੰਨੀ ਦੇਰ ਤੱਕ ਨਾ ਕਿ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ, ਉਹ ਧਰਮ ਬਿਨਾਂ ਸਭ ਦਲੇ ਮਲੇ ਹੈ, ਜਿੰਨੀ ਦੇਰ ਤੱਕ ਪਾਵਰ ਨਹੀਂ ਆਉਂਦੀ ਉਨੀ ਦੇਰ ਤੱਕ ਤੁਹਾਡੀ ਸੁਣਵਾਈ ਜਿਹੜੀ ਹੈ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਹਰ ਇੱਕ ਕਮਿਊਨਿਟੀ ਨੂੰ ਅੱਗੇ ਅਪਲਿਫਟਮੈਂਟ ਦੇ ਲਈ ਉਹਨੂੰ ਆਪਣਾ ਰਾਜਨੀਤਿਕ ਪਲੇਟਫਾਰਮ ਬਣਾਉਣਾ ਚਾਹੀਦਾ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਉਹਦੇ ਵਿੱਚੋਂ ਰਾਜਨੀਤਿਕ ਸ਼ੇਅਰ ਲੈਣ ਤੋਂ ਬਾਅਦ ਹੀ ਕਿਸੇ ਦੀ ਕੋਈ ਗੱਲ ਸੁਣੀ ਜਾ ਸਕਦੀ ਹੈ। ਸਾਹਿਬ ਅਸੀਂ ਉਮੀਦ ਕਰਦੇ ਹਾਂ ਕਿ ਆਉਂਦੇ ਦਿਨਾਂ ਦੇ ਦੌਰਾਨ ਤੁਸੀਂ ਉਸੇ ਹੀ એનર્ਜੀ ਦੇ ਨਾਲ ਦੁਬਾਰਾ ਜਿਹੜਾ ਜੀ ਉਹ ਐਕਟਿਵ ਹੋਵੋਗੇ। ਇਹ ਠੀਕ ਹੈ ਕੁਝ ਸਮੇਂ ਲਈ ਖੜੋਤਾਈ, ਪਰ ਤੁਹਾਡੇ ਨਾਲ ਜਿਹੜੇ ਖੜੋਣ ਵਾਲੇ ਲੋਕ ਨੇ ਉਹਨਾਂ ਦੀ ਵੀ ਬਹੁਤ ਲੰਬੀ ਜਿਹੜੀ ਹੈ ਜੀ ਉਹ ਕਤਾਰ ਹੈ, ਔਰ ਜਿਸ ਠਰੰਮੇ ਦੇ ਨਾਲ ਤੁਸੀਂ ਇਸ ਸਭ ਕਾਸੇ ਨੂੰ ਆਪਣੇ ਪਿੰਡੇ ਦੇ ਉੱਤੇ ਝੱਲਿਆ ਔਰ ਪੇਸ਼ੈਂਸ ਜਿਹੜੀ ਆਪਣੀ ਲੂਜ਼ ਨਹੀਂ ਹੋਣ ਦਿੱਤੀ, ਉਹਦੇ ਵਾਸਤੇ ਵੀ ਮੈਂ ਸਮਝਦਾ ਹਾਂ ਕਿ ਤੁਹਾਡੇ ਵਰਗੀ ਸ਼ਖਸੀਅਤ ਜਿਹੜੇ ਆ ਉਹਨਾਂ ਦੀ ਹੋਰ ਬਹੁਤ ਜ਼ਿਆਦਾ ਜ਼ਰੂਰਤ ਹੈ। ਪ੍ਰੋਗਰਾਮ 'ਚ ਤੁਸੀਂ ਆਏ, ਬਹੁਤ ਤੁਹਾਡਾ ਧੰਨਵਾਦ। ਬਹੁਤ ਧੰਨਵਾਦ, ਮਿਹਰਬਾਨੀ ਜੀ। ਅਸਮ ਜੀ ਸੁਖਦੇਵ ਸਿੰਘ ਪੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਸਾਬਕਾ ਜਨਰਲ ਸਕੱਤਰ ਨੇ, ਐਕਟਿਵ ਨੇ, ਲਗਾਤਾਰ ਐਕਟਿਵ ਜਿਹੜਾ ਜੀ ਉਹ ਰਹੇ ਨੇ। ਉਮੀਦ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਕਿਤੇ ਨਾ ਕਿਤੇ ਕਮ ਸੇ ਕਮ ਇਹ ਬੂਰਤਾ ਜਿਹੜਾ ਜੀ ਉਹ ਪਊਗਾ ਕਿ ਇਹ ਸਾਰਿਆਂ ਨੂੰ ਇਕੱਠਾ ਜਿਹੜਾ ਜੀ ਉਹ ਕਰ ਸਕਣਗੇ, ਔਰ ਜਿਹੜਾ ਇੱਕ ਇਸ਼ੂ ਹੈ ਜਿਹਦੇ ਉੱਤੇ ਲੜਨ ਦੀ ਕੋਸ਼ਿਸ਼ ਸਾਰੇ ਵੱਖੋ ਵੱਖਰੇ ਤੌਰ ਦੇ ਉੱਤੇ ਕਰ ਰਹੇ ਹੈ ਕਿ ਇਕੱਠੇ ਹੋ ਕੇ ਉੱਥੇ ਜਿਹੜਾ ਜੀ ਉਹ ਜ਼ਰੂਰ ਲੜਨਗੇ। ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫ਼ਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।